ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਸੰਗਤਾਰ ਅੱਜ ਅਸੀਂ ਗੱਲਬਾਤ ਕਰਾਂਗੇ ਕੀਤਾ ਜ਼ੈਲਦਾਰ ਹੁਣਾ ਦੇ ਨਾਲ ਪੰਜਾਬੀ ਪੋਡਕਾਸਟ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਜਿੰਨਾ ਵੀ ਹੋ ਸਕਦਾ ਸ਼ੇਅਰ ਕਰੋ ਤੇ ਆਓ ਜੀ ਸ਼ੁਰੂ ਕਰਦੇ ਹਾਂ ਪੰਜਾਬੀ ਪੋਡਕਾਸਟ ਗੀਤਾ ਸਹਿਲਦਾਰ ਜੀ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਬਹੁਤ ਬਹੁਤ ਧੰਨਵਾਦ ਸੰਤਾਰਪਾ ਜੀ ਪਹਿਲਾਂ ਤਾਂ ਜੀ ਪਿਆਰ ਭਰੀ ਸਸਰੀਕਾ ਸਸਰੀਕਾਲ ਜੀ ਕਿੱਦਾਂ ਪਹੁੰਚ ਗਏ ਜੀ ਤੁਸੀਂ ਫਿਰ ਇੰਡੀਆ ਹਾਂਜੀ ਬਿਲਕੁਲ ਜੀ ਇਸ ਟਾਈਮ ਜਿਹੜਾ ਮਾਹੌਲ ਹੈ ਮੋਟਰ ਤੇ ਬੈਣ ਦਾ ਬਣਿਆ ਹੋਇਆ ਅੱਛਾ ਚੱਲ ਮੈਨੂੰ ਸਾਹਮਣੇ ਸੰਤਾਰਪਾ ਜੀ ਸਾਹਮਣੇ ਨਾਲ ਮੈਨੂੰ ਘੁਗੀਆਂ ਦੇ ਨਾ ਜਿਹੜੀਆਂ ਹੁੰਦੀਆਂ ਉਹ ਉੜੀਆਂ ਫਿਰਦੀਆਂ ਦੇਦੀਆਂ ਮਜ਼ਾ ਹੀ ਆ ਰਿਹਾ ਵਿੱਚੋਂ ਮੜਮੜੀ ਆਵਾਜ਼ ਵੀ ਸ਼ਾਇਦ ਆਪਾਂ ਨੂੰ ਸੁਣੇ ਇਹਨਾਂ ਦੀ ਪੰਛੀਆਂ ਦੀ ਦੇਖੋ ਨਾ ਜਿਹੜੀ ਘੁਗੀ ਆ ਜਦੋਂ ਇਹ ਉੜਦੀ ਆ ਹਾਂਜੀ ਇੱਕ ਸਪੈਸ਼ਲ ਟੁਕ 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 ਆਵਾਜ਼ ਆਉਂਦੀ ਆ ਹਾਂ ਜਿਹੜਾ ਕਾਂ ਆ ਉਹਦੇ ਪਰਾਂ ਦੀ ਆਵਾਜ਼ ਹੋ ਰਿਹਾ ਜਿਹੜਾ ਹੈਗਾ ਆ ਆਪਣਾ ਕਬੂਤਰ ਉਹਦੀ ਘੁੱਗੀ ਦੇ ਨੇੜੇ ਪਰ ਹੋ ਰਿਹਾ ਤੇ ਜਿਹੜਾ ਬਾਜ ਉਹਦੀ ਹੋ ਰਿਹਾ ਤੇ ਉੱਲੂ ਦੇ ਪਰਾਂ ਦੀ ਕੋਈ ਆਵਾਜ਼ ਨਹੀਂ ਜੀ ਅੱਛਾ ਇਹਦਾ ਕੀ ਕਾਰਨ ਹੈ ਜੀ ਫਿਰ ਕਾਰਨ ਤਾਂ ਇਹ ਹੈ ਕਿ ਉੱਲੂ ਨੇ ਸ਼ਿਕਾਰ ਕਰਨਾ ਨਾ ਉਹ ਰਾਤ ਨੂੰ ਕਰਦਾ ਸ਼ਿਕਾਰ ਉਹ ਸਾਇਲੈਂਟ ਉੱਪਰ ਹੀ ਆ ਜਾਂਦਾ ਚੀਜ਼ ਤੇ ਫਿਰ ਵੀ ਆਵਾਜ਼ ਨਹੀਂ ਉਹਦੀ ਆਉਂਦੀ ਇਹਦਾ ਮਤਲਬ ਉਹਦੇ ਪਰ ਸ਼ਿਕਾਰੀ ਬੰਦਾ ਆ ਸਾਇਲੈਂਟ ਮੋਡ ਤੇ ਲੱਗੇ ਰਹਿੰਦੇ my <laughs> time <laughs> ਦੇਖ ਲਓ ਮਿਲੀਗਨ ਸਾਲਾਂ ਤੇ ਬਿਲੀਗਨ ਸਾਲਾਂ ਤੇ ਚੀਜ਼ਾਂ ਕਿੱਦਾਂ ਬਣੀਆਂ ਹੋਈਆਂ ਇਹ ਦੇਖੋ ਜੀ ਇਹਨਾਂ ਕੋਲ ਕੁਦਰਤ ਕੋਲ ਕੁਦਰਤ ਨੇ ਪਹਿਲੇ ਹੀ ਟੈਕਨੋਲੋਜੀ ਭੇਜੀ ਹੋਈ ਸੀ ਤੇ ਇਹਨਾਂ ਨੂੰ ਦੇਖ ਦੇ ਕੇ ਬੰਦੇ ਨੇ ਬਣਾਈਆਂ ਚੀਜ਼ਾਂ ਆਹੋ ਆਹੋ ਜਿਹੜਾ ਹੁਣ ਮਿਲਟਰੀ ਆ ਆਪਣੀ ਅਮਰੀਕਾ ਦੀ ਮਿਲਟਰੀ ਉਹਨੇ ਕਈ ਤਰ੍ਹਾਂ ਦੇ ਉਹ ਬਣਾ ਰਹੇ ਆ ਪਰ ਇਦਾਂ ਦੇ ਆਪਣੇ ਹੈਲੀਕਾਪਟਰਾਂ ਦੇ ਤੇ ਜਹਾਜ਼ਾਂ ਦੇ ਤੇ ਹੋਰ ਵੀ ਲੋਕ ਕੋਸ਼ਿਸ਼ ਕਰਦੇ ਹੋਊਗੇ ਕਿ ਜਿੱਦਾਂ ਉੱਲੂ ਦੇ ਪਰਾਂ ਦੇ ਆਧਾਰਿਤ ਕਿ ਆਵਾਜ਼ ਘਟ ਆਵੇ ਆਹ ਵੈਸੇ ਇਹ ਜਿਹੜੇ ਮਹਿੰਦਰਾ ਵਾਲੇ ਆ ਨਾ ਨਾ ਜੀ ਜਿਹੜੀ ਥਾਰ ਗੱਡੀ ਬਣਾਈ ਆ ਹਾਂਜੀ ਇਹਦੀ ਵੀ ਆਵਾਜ਼ ਬਹੁਤ ਘੱਟ ਆ ਜੀ ਮੈਂ ਨਾ ਨਵੀਂ ਘੜਾ ਕੇ ਲਿਆ ਮੈਂ ਤੁਹਾਨੂੰ ਦੱਸ ਦਵਾਂ ਮੈਂ ਮੜੀ ਛੱਡ ਦਵਾਂ ਫੁਗਰੀ ਵੀ ਵਿੱਚ ਬੜੀ ਵਧੀਆ ਨਹੀਂ ਨਹੀਂ ਇਹ ਕਹਦੇ ਆ ਇਹ ਤਾਂ ਹੁਣ ਕਾਰ ਤਾਂ ਚਾਹੀਦੀ ਹੁੰਦੀ ਆ ਜਦੋਂ ਜਾਣਾ ਇੰਡੀਆ ਤਾਂ ਫਿਰ ਹਾਂ ਕਿਉਂਕਿ ਲਾਕਡਾਊਨ ਚ ਗੱਡੀ ਵੇਚਣੀ ਪਈ ਦੂਜੀ ਮਿਲ ਗਈ ਕੋਈ ਵੇਟਿੰਗ ਬੂਟਿੰਗ ਤਾਂ ਨਹੀਂ ਸੀਗੀ ਤੇ 6 ਮਹੀਨੇ ਵੇਟ ਤੋਂ ਬਾਅਦ ਮਿਲਿਆ ਨਹੀਂ ਮੈਂ ਜਾਣ ਲੱਗਾ ਬੁੱਕਰਾ ਕੇ ਗਿਆ ਜਦ ਕੈਨੇਡਾ ਨੂੰ ਵਾਪਸ ਆਇਆ ਸੀ ਤੇ ਹੁਣ ਮਿਲੀ ਆ ਤੇ ਕਿਦਾਂ ਫਿਰ ਇਹ ਵਧੀਆ ਇਹ ਜੀ ਮੈਨੂੰ ਬੜੀ ਪਿਆਰੀ ਲੱਗਦੀ ਆ ਜੀ ਇਹਦੇ ਬੰਦੇ ਬਸ 4 ਵੰਦੇ ਆ ਮੈਂ ਕਿਹਾ ਚੱਲ ਸ਼ੁਕਰਿਆ ਖਰਚਾ ਘਟਿਆ ਜੇ 10 ਬੈਂ ਤੇ 7-8 ਮੈਂਦੇ ਹੀ ਫੋਰਚੂਨਰ ਚ ਮੈਂ ਕਿਹਾ 7-8 ਢਾਬੇ ਦੇ ਪੈਸੇ ਬਹੁਤ ਲੱਗ ਜਾਂਦੇ ਆ ਰੋਟੀ ਖਾਣ ਬ ਨਿੰਜਾ ਨਿਕ ਗੱਡੀ ਦੇ ਦੇ 35 ਹਾਂ ਜਿਨਨੇ ਗੱਡੀ ਦੇ ਦੇਤੇ ਉਹ ਤਾਂ ਟਾਬਿਆਂ ਤੇ ਬਹੁਤ ਸਾਲ ਰੋਟੀ ਖਾਹ ਹੋ ਜਾਣੀ ਸੀ ਗੱਲ ਸਹੀ ਆ ਤੁਹਾਡੀ ਓਹ ਗੱਡੀਆਂ ਵੜੀਆਂ ਮਹਿੰਗੀਆਂ ਹੋ ਗਈਆਂ ਜੀ ਇੱਥੇ ਸਾਡੇ ਪਾਪਾ ਜੀ ਦੱਸਦੇ ਹੁੰਦੇ ਸੀ ਕਿ ਕਹਿੰਦੇ ਪਹਿਲਾਂ ਉਹਨਾਂ ਨੇ ਕਿਤੇ ਮੈਸੀ ਟਰੈਕਟਰ ਲਿਆ ਸੀ ਪੁਰਾਣੇ ਜਮਾਨੇ 'ਚ ਅੱਛਾ ਜੀ ਪੁਰਾਣੇ ਜਮਾਨੇ ਦਾ ਮਤਲਬ ਸਾਡੇ ਜਨਮ ਤੋਂ ਪਹਿਲਾਂ ਤੇ ਉਹ 22000 ਦਾ ਲਿਆ ਸੀ ਓਹੋ ਦੇਖ ਲਓ ਜੀ ਜਦੋਂ ਸਾਡੀ ਉਮਰ ਦੇ ਵਿੱਚ ਪਹਿਲਾਂ ਉਹਨਾਂ ਨੇ ਪੁਰਾਣਾ ਟਰੈਕਟਰ ਲਿਆ ਇੱਕ ਸਕੋਰਟ ਉਹ 20000 ਦਾ ਲਿਆ ਸੀਗਾ ਉਹ ਚਲੋ ਪੁਰਾਣਾ ਸੀਗਾ ਅੱਛਾ ਫਿਰ ਅਸੀਂ 1984 ਦੇ ਵਿੱਚ ਨਵਾਂ ਜੀਪ ਤਰ ਕਢਾਇਆ ਸੀਗਾ ਠੀਕ ਹੈ ਜੀ ਉਹ ਜੀ ਲਿਆ ਸੀਗਾ 68324 ਦਾ ਨਵਾਂ ਓ ਮਾਈ ਗੋਡ ਕਿੰਨਾ ਸਸਤਾ ਕੰਮ ਸੀ ਦੇਖੋ ਉਸ ਟਾਈਮ ਪਰ ਉਦੋਂ 68000 ਰੁਪਈਆ ਵੀ ਭਾਜੀ ਮੇਰੇ ਸਾਹੋਂ ਦੀ ਇਕੱਠਾ ਕਰਨਾ ਹੀ ਬਹੁਤ ਔਖਾ ਹੁੰਦਾ ਹੁਣ ਪਰ ਉਹ 20 ਸਾਲ ਬਾਅਦ ਸਾਡੇ ਪਾਪਾ ਜੀ ਨੇ 3 ਲੱਖ ਦਾ ਵੇਚਿਆ ਤੇਰਾ ਮਤਲਬ ਮੈਂ ਗੱਡੀ ਰੱਖੀ ਚੱਲਾਂ 20 ਸਾਲ ਬਾਅਦ ਹੋਰ ਡਬਲ ਹੋ ਜੜੇ ਉਹ ਇਦਾਂ ਨਾ ਇੰਡੀਆ ਦੀ ਕ੍ਰਾਂਸੀ ਬਹੁਤ ਘਟੀ ਜਾਂਦੀ ਆ। ਇੰਨਾ ਇਸ ਜ਼ਮਾਨੇ 'ਚ ਘਟੀ ਬਹੁਤ ਆ। ਆ ਪਿਛਲੇ ਮਹੀਨਾ ਨਾ 5-7 10 ਸਾਲ ਤੋ ਬਹੁਤ ਡ੍ਰੌਪ ਹੋਇਆ ਕੰਮ। ਬਹੁਤ ਪਰ ਜਦੋਂ ਮੈਨੂੰ ਤਾਂ ਗੱਲ ਯਾਦ ਆਈ ਇੱਕ ਜਿੱਦਾਂ ਹੁਣ ਮੈਂ ਕਿਹਾ ਵੀ ਅਸੀਂ ਜੀਟਰ ਲਿਆ ਉਹ ਅਸਲ ਵਿੱਚ ਹੁੰਦਾ ਹੈਗਾ ਮੇਰਾ ਕਹਿਲ ਜ਼ੈਡ ਨਾਲ। ਅੱਛਾ ਜੀਟਰ ਹੋਊਗਾ ਜੀ ਫੇਰ? ਆਹੋ ਇਹ ਪਰ ਇਦਾਂ ਜਰ ਜਿੱਦਾਂ ਹੁਣ ਤੇਰਾ ਨਾਮ ਆ ਜ਼ੈਲਦਾਰ। ਹਾਂਜੀ ਲੋਕ ਜ਼ੈਲਦਾਰ ਹੀ ਕਹੀ ਜਾਂਦੇ ਆ ਜੀ। ਪਰ ਤੁਸੀਂ ਆਪ ਕੀ ਕਹਿੰਦੇ? ਮੈਂ ਜ਼ੈਲਦਾਰ ਹੀ ਕਹਿੰਦਾ ਜੀ। ਅੱਛਾ। ਕਰਦੇ ਸਾਰੇ ਹੋ ਰਿਸ਼ਤੇਦਾਰ ਬਾਕੀ ਸਾਰੇ ਜੈਲਦਾਰੇ ਕਹਿੰਦੇ ਜੀ ਮੈਂ ਗਾਣਿਆਂ ਚ ਜੈਲਦਾਰ ਹੀ ਕਹਿੰਨਾ ਭਾਜੀ ਗਾਣਿਆਂ 'ਚ ਮੈਨੂੰ ਜੈਲਦਾਰ ਹੀ ਕਹਿਣਾ ਪੈਂਦਾ ਉਹਦਾ ਰੀਜ਼ਨ ਹੈ ਕਿ ਮੋਹਰੇ ਵਾਲੇ ਜਿਹੜੇ ਸੁਣਨ ਵਾਲੇ ਉਹਨਾਂ ਦੀ ਵੋਕੈਬਲਰੀ ਤੇ ਪਕੜ ਹੈ ਨਹੀਂ ਹੁਣ ਨਹੀਂ ਜਾਂ ਪਕੜ ਹੈ ਵੀ ਨਹੀਂ ਪਰ ਮੈਂ ਇੱਕ ਦੇਖਿਆ ਕਿ ਜਿਹੜੀ ਪੰਜਾਬੀ ਆ ਨਾ ਹਾਂਜੀ ਇਹਦਾ ਜਿਹੜਾ ਜਿੱਜੇ ਦਾ ਜ਼ੋਰ ਬਹੁਤ ਹੈ ਇਹਦੇ ਵਿੱਚ ਜਿਹਦਾ ਜ਼ੋਰ ਮੈਂ ਕਿਹਾ ਜ਼ੋਰ ਚਾਹੀਦਾ ਸਾਡੀ ਪੰਜਾਬੀ ਇਦਾਂ ਹੋਈ ਜਾਂਦੀ ਹੈ ਇਹਦੇ ਵਿੱਚ ਜਿੱਜੇ ਪੈਰ ਬਿੰਦੀ ਖਤਮ ਹੋਈ ਜਾਂਦੀ ਹੈ ਹਾਂ ਹਾਂਜੀ ਅਸੀਂ ਕੋਈ ਗੀਤ ਸੀਗਾ ਜਿੱਦਾਂ ਹੁਣ ਕਮਲ ਦਾ ਸੀਗਾ ਕਰੇ ਕੀ ਨਿਸ਼ੇੜੀ ਜਿਹਦਾ ਪੁੱਤ ਬਣ ਜਾਏ ਹਰ ਥਾਂ ਨਹੀਂ ਮਾਮਾ ਜ਼ੁੰਮੇਬਾਰ ਅਸੀਂ ਕਿਉਂ ਜ਼ੁੰਮੇ ਕਹੂੰਗੇ ਜ਼ਿੰਮੇਬਾਰ ਕਹ ਹੈ ਆਵਾਜ਼ ਆਈ ਗੱਲ ਹੈ ਜੀ ਬਿੰਦੀ ਜਿਹੜੀ ਕਈ ਅੱਖਾਂ ਲੱਲੇ ਦੇ ਪੈਰ ਚੋਂ ਬਿੰਦੀ ਵੀ ਚੱਕੀ ਹੈ ਜੀ ਹਾਂ ਉਹ ਵੀ ਹੁਣ ਮੈਂ ਦੇਖਿਆ ਗੀਤਾਂ ਚ ਲੱਲੇ ਦੇ ਪੈਰ ਚ ਬਿੰਦੀ ਤਾਂ ਚਲੋ ਉਦਾਂ ਪਰ ਕਈ ਨਾ ਮੈਂ ਹੁਣ ਇਹ ਦੇਖਿਆ ਕਈ ਨੰਨੇ ਨਾਣੇ ਬਹੁਤ ਬੋਲਣ ਲੱਗ ਪਏ ਇਹ ਵੀ ਗੱਲ ਬਹੁਤ ਤੁਹਾਡੀ ਕਈ ਕਈ ਆਪਣੇ ਵਧੀਆ ਆਰਟਿਸਟ ਜਿਹੜੇ ਮੁੰਡੇ ਨਵੇਂ ਵਧੀਆ ਲਿਖ ਰਾਈਟਰ ਬਹੁਤ ਵਧੀਆ ਨੇ ਇਹ ਮੈਂ ਅਮਰਤਮਾਨ ਦੀ ਵੀ ਨੰਨੇ ਨਾਣੇ ਚ ਪ੍ਰੋਬਲਮ ਦੇਖੀ ਆ ਅੱਛਾ ਜੀ ਹਾਂ ਮੈਂ ਉਹਨੂੰ ਇੱਕ ਵਾਰੀ ਮੈਂ ਥਿੰਕ ਮੈਂ ਕਿਹਾ ਵੀ ਅਮਰਤ ਤੇਰਾ ਨੰਨੇ ਨਾਣੇ ਦਾ ਤੂੰ ਉੱਥੇ ਫਰਕ ਪਾ ਜਨਾਂ ਨਾਲ ਮੈਂ ਕਿਹਾ ਮਤਲਬ ਬਚੇ فرق ਹੋਊਗਾ ਹੋ ਸਕਦਾ علاقے ਦਾ ਵੀ فرق ਹੋਵੇ ਉਹ ਦੇਖੋ ਜੀ پنجابی ਚ ਜੀਟਰ ਨੇ ਜੀਟਰ ਹੀ ਰਹਿਣਾ سائیکل ਨੇ سائیکل ਰਹਿਣਾ ਜ਼ੈਲਦਾਰ ਨੇ ਜ਼ੈਲਦਾਰ ਹੀ ਰਹਿਣਾ ਜੀ ਜਿੱਦਾਂ ਤੁਸੀਂ ਕਹਿੰਦੇ ਸੀਗੇ ਵੇ ਜੀਟਰ ਜਿਹੜਾ 20000 ਦਾ ਲਿਆਂਦਾ ਹੀ ਆ ਪਾਪਾ ਜੀ ਨੇ ਹਾਂਜੀ ਤੁਸੀਂ ਮੈਂ ਟਾਈਮ ਦੇਖ ਲਓ ਕਿੰਨਾ ਬਦਲ ਗਿਆ ਜੀ ਮੈਂ ਕਿ ਮੋٹے ਟਾਇਰਾਂ ਵਾਲਾ ਸਾਈਕਲ ਲੈ ਕੇ ਆਇਆ ਸਵੇਰੇ ਚਲਾਉਣ ਨੂੰ ਕਹਿੰਦੇ ਚੰਗਾ ਹੁੰਦਾ ਚਲਾਉਣਾ ਆਹੋ ਉਹ ਮੈਨੂੰ 15000 ਦਾ ਮਿਲਿਆ ਅੱਛਾ ਇਹਦੋਂ ਲੋ ਤਾਂ ਮਾ ਪੁਰਾਣਾ ਜੀਟਰ ਹੀ ਲੈ ਆਉਂਦਾ ਕਿਤੇ ਉਹ ਨਹੀਂ ਸਾਈਕਲਾਂ ਦੀ ਮੈਂ ਤੁਹਾਨੂੰ ਗੱਲ ਦੱਸਦਾ ਜਦੋਂ ਸਾਡੀ ਬੜੀ ਭੈਣ ਦਾ ਜੀ ਹੋਈ ਆ 6ਵੀਂ ਕਲਾਸ ਚ ਅੱਛਾ ਜੀ 6ਵੀਂ 7ਵੀਂ ਚ ਹੋਈ ਹੋਊਗੀ ਉਹਨੂੰ ਘਰਦਿਆਂ ਨੇ ਸਾਈਕਲ ਲੈ ਦੱਤਾ ਜੀ ਅੱਛਾ ਜੀ ਉਹ ਵੀ ਐਟਲਸ ਉਹਨੂੰ ਲੈ ਦੱਤਾ ਤੇ 22 ਨੰਬਰ ਦਾ ਤੇ ਜਿੱਦਾਂ ਉਹਨੂੰ ਕੁੜੀਆਂ ਵਾਲਾ ਸਾਈਕਲ ਨਹੀਂ ਲੈ ਕੇ ਤਾਂ ਤਾਂ ਡੰਡੇ ਵਾਲਾ ਸਾਈਕਲ ਲੈ ਦੱਤਾ ਜਿੱਦਾਂ ਮੁੰਡਿਆਂ ਵਾਲਾ ਹੀ ਹੁੰਦਾ ਅੱਛਾ ਜੀ ਤੇ ਫੇਰ ਜਦੋਂ ਉਹ ਤੋਂ ਜਿਹੜੀ ਛੋਟੀ ਭੈਣ ਸੀਗੀ ਉਹ ਤਾਂ 2 ਸਾਲ ਛੋਟੀ ਸੀ ਜਦੋਂ ਉਹ 7ਵੀਂ 8ਵੀਂ ਚ ਹੋਈ ਜਾਂ 6ਵੀਂ ਚ ਪਤਾ ਨਹੀਂ ਕਦੋਂ ਹੋ ਜਾਂ ਕਿ ਸਤੋਂ ਬੜੀਆਂ ਉਹ ਤੇ ਆ ਪੈਣਾ ਸਾਡੀਆਂ ਹਾਂਜੀ ਫੇਰ ਉਹਨੂੰ ਸਾਈਕਲ ਲੈ ਦਿੱਤਾ ਉਹਨਾਂ ਨੇ ਘਰ ਦਿਆਂ ਨੇ ਅੱਛਾ ਜੀ ਫੇਰ ਜੀ ਜਦੋਂ ਮਨਮੋਣ ਹੋਇਆ 6ਵੀਂ ਚ ਤੇ ਉਹਨੂੰ ਸਾਈਕਲ ਲੈ ਦਿੱਤਾ ਅੱਛਾ ਜੀ ਉਹ ਚੌਥੇ ਦਿਨ ਗਵਾਚ ਗਿਆ ਜੀ ਸਾਈਕਲ <laughs> अच्छा ਮਨਮੋਹਣ ਹੁਣਾਂ ਨੇ ਮੁੰਡਿਆਂ ਦੇ ਸਕੂਲ ਲਾ ਕੇ ਖੜਾ ਕੀਤਾ ਉੱਥੋਂ ਕੋ ਚੋਰੀ ਕਰਕੇ ਲੈ ਗਿਆ ਜੀ ਆਹ ਨਵਾਂ ਹਾਂਜੀ ਪਰ ਉਸ ਟਾਈਮ ਤੇ ਸਾਡੀਆਂ ਭੈਣਾਂ ਦੇ ਵਿਆਹ ਵੀ ਹੋ ਚੁੱਕੇ ਸੀਗੇ ਤੇ ਉਹ ਸਾਈਕਲ ਵੀ ਸਾਡੇ ਘਰੇ ਹੁੰਦੇ ਸੀ ਤੇ ਫੇਰ ਅਸੀਂ ਉਹੀ ਚਲਾਈ ਗਏ ਫੇਰ ਅਸੀਂ ਬਹੁਤ ਸਾਲ ਸਾਈਕਲ ਨਹੀਂ ਲਿਆ ਅਸੀਂ ਉਹੀ ਸਾਈਕਲ ਚਲਾਈ ਗਏ ਜਿਹੜੀਆਂ ਸਾਡੀਆਂ ਭੈਣਾਂ ਵਾਲੇ ਸੀ ਜਿਹੜਾ ਸਾਡੀ ਬੜੀ ਭੈਣ ਵਾਲਾ ਸਾਈਕਲ ਸੀ ਉਹਨੂੰ ਅਸੀਂ ਕਹਿੰਦੇ ਸੀ ਪੁਰਾਣਾ ਸਾਈਕਲ ਜਿਹੜਾ ਸਾਡਾ ਉਹ ਤੋਂ ਛੋਟੀ ਭੈਣ ਵਾਲਾ ਸਾਈਕਲ ਸੀ ਉਹ ਵੀ ਉਹ ਵੀ 10-12 ਸਾਲ ਪੁਰਾਣਾ ਹੋਣਾ ਉਹਨੂੰ ਅਸੀਂ ਕਹਿੰਦੇ ਸੀ ਨਾ ਉਹ ਦੋ ਉਹ ਦੋ ਸਾਲ ਉਹਦਾ ਮਾਡਰਨ ਨਾਮ ਆ ਕਰਕੇ ਹੈ ਜੀ ਤੋ ਲੂ ਮੈਂ ਵੀ ਇੱਕ ਵਾਰੀ ਸਾਈਕਲ ਦੀ ਗੱਲ ਹੀ ਸੁਣਾਉਣਾ ਯਾਦ ਆ ਗਈ ਤੁਹਾਡੀ ਸੁਣ ਕੇ ਹਾਂ ਮੇਰੇ ਕਿੜਾ ਬੜਾ ਸੀ ਗਾਉਣ ਦਾ ਸ਼ੁਰੂ ਤੋਂ ਹੀ ਨਿੱਕੇ ਹੁੰਦੇ ਦੇ ਹਾਂਜੀ ਤੇ ਪਰਿਵਾਰ ਹੁਣ ਜ਼ਿਆਦਾ ਸਧਾਰਨ ਸੀ ਤੰਗੀਆਂ ਤਰਸਟੀਆਂ ਜ਼ਿਆਦਾ ਸੀ ਹਾਂ ਸਾਡੇ ਨੇੜੇ ਅਪਰਾ ਪੈਂਦਾ ਸਾਢੇ 3 ਕਿਲੋਮੀਟਰ ਮੇਰੇ ਪਿੰਡ ਤੋਂ ਹਾਂ ਯਾਰ ਮੈਂ ਇੱਕ ਦਿਨੇ ਸੋਚਦਾ ਸੀ ਕਿ ਤੁਹਾਡੇ ਪਿੰਡੋਂ ਦੇਖ ਲੈ ਅਪਰਾ ਸਾਢੇ 3 ਕਿਲੋਮੀਟਰ ਆ ਹਾਂਜੀ ਤੇ ਸਾਡੇ ਪਿੰਡੋਂ ਮਾਲ ਪਰ ਸਾਢੇ 3 ਕਿਲੋਮੀਟਰ ਆ ਇਸੇ ਤਰੀਕੇ ਨਾਲ ਹੁਸ਼ਿਆਰ ਪਰ ਤੇ ਗੜ ਸ਼ੰਕਰ ਸਾਤੋਂ ਹੈਗੇ ਜਾਂ 16 17 ਸਾਢੇ ਤੋਂ ਫਲੋਰ ਹੋਣਾ 15 ਕਿਲੋਮੀਟਰ ਫਲੋਰ ਤੋਂ ਹਾਤੋਂ 15 16 ਹੋਣਾ ਯੈਸ ਉਹੀ ਗੱਲ ਹੋ ਗਈ ਐ ਨੇੜੇ-ਨੇੜੇ ਪਿੰਡ ਜੀ ਆਪਣੇ ਪੈਂਦੇ ਆ ਸ਼ਹਿਰਾਂ ਦੇ ਬੜੇ ਪਰ ਬੈਤ ਚੰਗੀ ਗੱਲ ਐ ਨੇੜੇ ਕੋਈ ਸ਼ਹਿਰ ਹੈਗਾ ਸੀ ਆਪਣੇ ਕੋਲ ਹਾਂ ਅੱਛਾ ਆਓ ਜੀ ਵਾਪਸ ਸਾਈਕਲ ਦੀ ਸਟੋਰੀ ਤੇ ਤੇ ਮੈਂ ਜੀ ਮੈਨੂੰ ਕੋਰ ਮੇਰ ਕੋ ਨਾ ਜੀ ਇੱਕ ਬੀਬੀ ਨੇ ਮੈਨੂੰ ਛੱਲਾ ਬਣਾ ਕੇ ਦਿੱਤਾ ਹੀ ਪਹਿਲੀ ਉਂਗਲੀ ਚ ਪਾਉਣ ਨੂੰ ਸੋਨੇ ਦਾ ਹਾਂ ਮੈਂ ਕਿਹਾ ਵੀ ਇਹ ਗੱਲ ਸੂਤ ਨਹੀਂ ਆਉਂਦੀ ਵੀ ਅਪਰੇ ਸਿੱਖਣ ਜਾਇਆ ਕਰਨਾ ਵੀ ਸੰਗੀਤ ਵੀ ਕਿੱਦਾਂ ਗੱਲ ਬਣੂ ਵੀ ਜਾਇਆ ਕਿੱਦਾਂ ਕਿ ਨਾ 3.5 ਕਿਲੋਮੀਟਰ ਤੁਰ ਕੇ ਜਾਣਾ ਤਾਂ ਸਾਰਾ ਦਿਨ ਲੱਗ ਜਾ ਕਰਨਾ ਆਉਣ ਜਾਣ ਮੈਂ ਜੀ ਘਰਦਿਆਂ ਨੂੰ ਪੁੱਛ ਨਹੀਂ ਦੱਸਿਆ ਜੀ ਮੈਂ ਨਾ ਛੱਲਾ ਵੇਚਿਆ ਤੇ ਇਹ ਟਕੇ ਹੀਰੋ ਸਾਈਕਲ ਲੈ ਆਂਦਾ ਨਵਾਂ ਪਹਿਲਾਂ ਦਾ ਘਰੇ ਆ ਗਏ ਫੇ ਚੰਗੀ ਤਰ੍ਹਾਂ ਜਿਹੜੀ ਕਹਿੰਦੇ ਹੁੰਦੇ ਆ ਪਰੇਡ ਹੋਈ ਮੇਰੀ ਹਾਂ ਕਹਿੰਦੇ ਪਹਿਲਾ ਇਨਸਾਨ ਬੰਦਾ ਤੂੰ ਐ ਸਾ ਬਈ ਲੋਕ ਸੋਨਾ ਘਰੇ ਲਿਆਉਂਦੇ ਤੂੰ ਸੋਨਾ ਵੇਚ ਘਰ ਲੋਹਾ ਲੈ ਆਂ ਤੇ ਮੈਂ ਕਹਾਂ ਜੀ ਇਹ ਦੋਹੇ ਦਾ ਹੋ ਸਕਦਾ ਬਹੁਤ ਵੱਡਾ ਫਿਊਚਰ ਚ ਆਪਾਂ ਨੂੰ ਬੈਨੀਫਿਟ ਮਿਲੇ ਹਾਂ ਤੇ ਹੁਣ ਮੈਂ ਕਈ ਵਾਰੀ ਘਰੇ ਕਹਿੰਨਾਂ ਮੈਂ ਦੇਖ ਲਓ ਸਾਈਕਲ ਉਹ ਸਾਈਕਲ ਦਾ ਕੀਤਾ ਕੰਮ ਹੁਣ ਕਿੰਨੇ ਛੱਲੇ ਹੁਣ ਜਿੰਨੇ ਮਰਜ਼ੀ ਬਣਾ ਲਓ ਮੈਂ ਕਿਹਾ ਜੇ ਉਹ ਛੱਲਾ ਬਚਾਉਣ ਦੇ ਚੱਕਰ ਤੇ ਪਏ ਰਹਿੰਦੇ ਤੂੰ ਆਪਣਾ ਕੰਮ ਰਹਿ ਜਾਣਾ ਸੀ ਰਹਿ ਜਾਣਾ ਸੀ ਰਹਿ ਜਾਣਾ ਮਤਲਬ ਪੁਰਾਣੇ ਟਾਈਮ ਚ ਸੰਤਾਰ ਭਾਜੀ ਸਾਈਕਲ ਨੇ ਜਿਹੜੇ ਬੜੋਏ ਬੜੇ ਮਹਾਰਾਥੀ ਬਣੇ ਆ ਉਹ ਸਾਈਕਲ ਤੋਂ ਹੀ ਬਣਾਏ ਸਾਈਕਲ ਨਹੀਂ ਬਣਾਏ ਆ ਦੂਰ ਦੂਰ ਪੜਨ ਜਾਂਦੇ ਸੀ ਸਾਈਕਲਾਂ ਤੇ ਹਾਂਜੀ 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 ਸਾਨੂੰ ਤਾਂ ਕੁਛ ਵੀ ਨਹੀਂ ਕਰਨਾ ਪਿਆ ਸਾਡੇ ਤਾਂ ਸਕੂਲ ਵਗੈਰਾ ਬਹੁਤ ਨੇੜੇ ਸੀ ਜਿਹੜੀਆਂ ਪਹਿਲੀਆਂ ਜਨਰੇਸ਼ਨਾਂ ਸੀਗੀਆਂ ਉਹ ਬਹੁਤ ਦੂਰ ਦੂਰ ਪੜਨ ਜਾਂਦੇ ਸੀ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਇਹ ਤਾਂ ਦੂਜੀ ਵਾਲੀ ਗੱਲ ਹੈ ਕਿੰਨੇ ਅਫਸਰ ਬਣਾਈ ਹੋਣਗੇ ਸਾਈਕਲਾਂ ਨੇ ਕਿੰਨੇ ਮੰਤਰੀ ਜਿਹੜੇ ਪਿੰਡਾਂ ਚੋਂ ਠੇਨਾ ਸਪੈਸ਼ਲੀ ਹੂੰ 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 ਸੰਗੀਤਕਾਰ ਕਿਉਂਕਿ ਹੁਣ ਸ਼ਹਿਰ ਤੋਂ ਪਿੰਡ ਤੋਂ ਮੋਸਟਲੀ ਜਾਣਾ ਤਾਂ ਸ਼ਹਿਰ ਹੀ ਪੜਨ ਪੈਂਦਾ ਹੈ ਪਿੰਡ ਤਾਂ 10ਵੀਂ ਹੁੰਦੇ ਹੀ ਪਹਿਲਾਂ ਆਪਣੇ ਪਿੰਡਾਂ 'ਚ ਕਿੱਥੇ ਹੁੰਦੇ ਸੀਗੇ ਉਹ ਵੀ ਜਿੱਦਾਂ ਜਾਨੀ ਕਿ ਹੁਣ ਤੁਹਾਡੇ ਪਿੰਡ ਤਾਂ 5ਵੀਂ 'ਚ ਹੋਣਾ 5ਵੀਂ ਦਾ ਸਕੂਲ ਹੋਣਾ ਸਾਡੇ 5ਵੀਂ ਦਾ ਸੀ ਜਦੋਂ ਜੀ ਮੈਂ ਜਦੋਂ ਮੈਂ 5ਵੀਂ 'ਚ ਹੋਇਆ ਤੇ ਮੈਨੂੰ ਲੱਗਦਾ ਉਦੋਂ 8ਵੀਂ ਤੱਕ ਹੋਇਆ ਅੱਛਾ ਫਿਰ 8ਵੀਂ ਤੱਕ ਜਦੋਂ ਮੈਂ 8ਵੀਂ ਦੇ ਕੁਦਰਤੀ ਦੇਖੋ ਕਿ ਕਿਦਾਂ ਸਰਕਲ ਕੋ ਜਾ 8ਵੀਂ ਤੱਕ ਉਹ 10ਵੀਂ ਤੱਕ ਕਰਤਾ ਉਹਨਾਂ ਨੇ ਕਹਿੰਦੇ ਇਹਨੂੰ ਜਾਣ ਨਹੀਂ ਦੇਣਾ ਨਾ ਇਹਨੂੰ ਅਪਰੇ ਜਾਣ ਦੇਣਾ ਨਾ ਫਲੋਰ ਜਾ ਕਹਿੰਦੇ ਇਹਨੂੰ ਨਹੀਂ ਸ਼ਹਿਰ ਜਾਣ ਦੇਣਾ 10ਵੀਂ ਤੱਕ ਪਿੰਡਾਂ ਵਾਲਿਆਂ ਦੀ ਬ੍ਰੇਕ ਲੱਗ ਜਣੀ ਪਤਾ ਕਦਾਂ ਚਲੋ ਜੀ ਹੁਣ ਤਾਂ ਬਹੁਤ ਵੱਡੇ ਪੜਾਕੇ ਹੋ ਗਏ ਛੱਡੋ ਪਰੇ ਹੁਣ ਕੰਮਕਾਰ ਦੇਖੀਏ ਸਾਡੇ ਤਾਂ ਆਪਣੇ ਤਾਂ ਦੁਆਬੇ 'ਚ ਇਹ ਵੀ ਸਰਕਲ ਕੰਮ ਬੜਾ ਔਖਾ ਹੁੰਦਾ ਜੀ ਜਦੋਂ ਮੁੰਡਾ 10 ਪੜ ਗਿਆ ਕਹਿੰਦੇ ਵੀ 10 ਪੜ ਗਿਆ ਉਹਦਾ ਉਹਦਾ ਪਾਸਪੋਰਟ ਬਣਾਓ ਵੀ ਇਹਨੂੰ ਕਿਤੇ ਜਰਮਨ ਕਿਤੇ ਬਿਟਲੀ ਜਰਮਨ ਕਿਤੇ ਭੇਜ ਦਿਓ ਕਮਾਉਣ ਵਾਲਾ ਲਵੇ ਇੱਥੇ ਹੀ ਨਾ ਰਹਿ ਜਾਵੇ ਕਿਤੇ ਆਹੋ ਆਹੋ ਆਪਾਂ ਕਰਮਾਂ ਵਾਲੇ ਸੀ ਕੈਨੇਡਾ ਜਾਵੜੇ ਜੀ ਸਾਰੇ ਆਹੋ ਆਹੋ ਇਹ ਤਾਂ ਚਲੋ ਕਿਸਮਤ ਦੀਆਂ ਗੱਲਾਂ ਆ ਭਈ ਚਲੋ ਇਹ ਵੀ ਆ ਇੱਥੇ ਵੀ ਕਿਸਮਤ ਵਾਲੇ ਸੀਗੇ ਅਸੀਂ ਜਿਹੜੇ ਬਿਲਕੁਲ ਹੀ ਬਿਲਕੁਲ ਵੈਸੇ ਮੈਂ ਕਦੀ ਵੈਸੇ ਜੀ ਅੱਜ ਤੱਕ ਮੈਂ ਕਦੀ ਕਿਸੇ ਨੂੰ ਦੱਸਿਆ ਨਹੀਂ ਪਹਿਲੀ ਵਾਰੀ ਦੱਸਣ ਲੱਗਾ ਇਹ ਗੱਲ ਹਾਂ ਮੈਂ ਵੈਸੇ ਮੱਧ ਪ੍ਰਦੇਸ਼ ਪਰ ਮੱਧ ਪ੍ਰਦੇਸ਼ ਦਾ ਬੌਰਨੇ ਆ ਐਮਪੀ ਦਾ ਅੱਛਾ ਮੇਰੇ ਪਾਪਾ ਜੀ ਨਿੱਕੇ ਹੁੰਦਿਆਂ ਅਸੀਂ ਪਾਪਾ ਜੀ ਵੀ ਕਾਫੀ ਟਾਈਮ ਪਹਿਲਾਂ ਉੱਥੇ ਐਮਪੀ ਚ ਮੂਵ ਹੋ ਗਏ ਗਵਾਲੀਅਰ ਦੇ ਨੇੜੇ ਅੱਛਾ ਉੱਥੇ ਇੱਕ ਪਿੰਡ ਪੈਂਦਾ ਜੀ ਕਟਰਾਵਲੀ ਅਸੀਂ ਉੱਥੇ ਰਹਿੰਦੇ ਸੀ ਹਾਂ ਅੱਛਾ ਅੱਛਾ ਤੇ ਜਦੋਂ 84 ਹੋਇਆ 84 ਤੋਂ ਅਸੀਂ ਉਸ ਉਸ ਦੂਏ ਚ ਬਚ ਗਏ ਤੇ ਫਿਰ ਅਸੀਂ ਉਤੋਂ ਥੋੜੇ ਤਿੰਨ ਚਾਰ ਸਾਲ ਬਾਅਦ ਹੀ ਉੱਥੋਂ ਸਾਰਾ ਵੇਚ ਵਟਕੇ ਤੇ ਫਿਰ ਪਿੰਡ ਆ ਗਿਆ ਵਾਪਸ ਆਪਣੇ ਅੱਛਾ ਅੱਛਾ ਤੁਹਾਡੇ ਚਾਚੇ ਤਾਂ ਆਏ ਕਿੰਨੇ ਆ ਚਾਚੇਤਾ ਜੀ ਮੇਰੇ ਹੈਗੇ ਆ ਪਾਪੇ ਦੇ ਬ੍ਰਦਰ ਹੈਗੇ ਪੰਜ ਤੇ ਪੰਜੇ ਹੀ ਭੂਆ ਸੀ ਸਾਡੀਆਂ ਅੱਛਾ ਵਾਹ ਜੀ ਵਾਹ ਬੜਾ ਟੱਬਰ ਸੀ ਚੰਗਾ ਤਗੜਾ ਲਾਣਾ ਸੀ ਚਾਉਣਾ ਇੱਕ ਵਾਰੀ ਕਹਿੰਦੇ ਜੇ ਰੋਟੀ ਬਣਦੀ ਸੀ ਕਹਿੰਦੇ ਪੰਗਤ ਲਿਜਾ ਕੇ ਖਾਣੀ ਫਿਕਲ ਆਉਣੀ ਪੈਂਦੀ ਸੀ ਤੈ ਤੋਂ ਇਹ ਜੇਲਦਾਰ ਕੌਣ ਸਗਾ ਜੇਲਦਾਰ ਸਾਡੇ ਕੋਈ ਵੀ ਨਹੀਂ ਜਰਾ ਜੀ ਮੈਂ ਗਾਉਣ ਲੱਗਾ ਇਹ ਵੀ ਇਹ ਵੀ ਬੜੀ ਵੱਡੀ ਗੱਲ ਜਿਹੜੀ ਉਹ ਵੀ ਤੁਹਾਡੇ ਪਰਿਵਾਰ ਨਾਲ ਜੁੜਦੀ ਆ ਮਨਮੋਹਣ ਭਾਜੀ ਨਾ ਸਾਡੇ ਆਪਣੇ ਸਿਕੋ ਪੈਲਸ ਪੈਂਦਾ ਉੱਥੇ ਸਾਡੇ ਪਿੰਡ ਦੀ ਲੋਹੜੀ ਤੇ ਗਾਉਣ ਆਏ ਮੈਨੂੰ ਨਾਂ ਨਹੀਂ ਸੀ ਲੱਭਦਾ ਰੱਖਣ ਨੂੰ ਵੀ ਗੀਤੇ ਦੇ ਮਗਰ ਕੀ ਲਾਇਆ ਜਾਵੇ ਹਨਾ ਮੈਨੂੰ ਸੀ ਵੀ ਉਦੋਂ ਭਾਜੀ ਨਾਮਾਂ ਦਾ ਇਦਾਂ ਦਾ ਰਿਵਾਜ ਚੱਲਿਆ ਸੀ ਵੀ ਜਿਹੜਾ ਨਾਮ ਨਾ ਪਹਾਰਾ ਜਿਹਾ ਲੱਗੇ ਜਦੋਂ ਭਿੰਦਾ ਜੱਟ ਆ ਗਿਆ ਸੀ ਹਾਂ ਹਾਂ ਜੈਜੀ ਮੈਂ ਜੈਜੀ ਭਾਜੀ ਦਾ ਵੀ ਨਾਮ ਟੇਡਾ ਹੀ ਮਨਮੋਹਣ ਭਾਜੀ ਦੇ ਮਗਰ ਵਾਰਸ ਲਾ ਦੇ ਬੜੇ ਨਾਮਾਂ ਦੇ ਇਹਦੇ ਤਖਲਸਾਂ ਦਾ ਬੜਾ ਸੁਭਾਅ ਮਜ਼ਾ ਆਉਂਦਾ ਸੀ ਆਹੋ ਆਹੋ ਲੋਕਾਂ ਨੂੰ ਜੰਗੇ ਲੱਗਦੇ ਸੀ ਤੇ ਮਨਮੋਹਣ ਭਾਜੀ ਗਾਉਣ ਤੇ ਮਨਮੋਹਣ ਭਾਜੀ ਗਾਉਂਦੇ ਗਾਉਂਦੇ ਮੈਂ ਵੀ ਪਿੱਛੇ ਬੈਠਾ ਸੀ ਸਾਨੂੰ ਸਾਨੂੰ ਕਿਹੜਾ ਕੋ ਪੁੱਛਦਾ ਹੁੰਦਾ ਸੀ ਤੇ ਪਿੱਛੇ ਖੂਨ ਜੇ ਕਿਤੇ ਹੋਣੇ ਆ ਤੇ ਉੱਥੇ ਮਨਮੋਹਣ ਭਾਈ ਦਾ ਕੋ ਮਿੱਤਰ ਆ ਸਾਂਝਾ ਮਨਮੋਹਣ ਭਾਈ ਦਾ ਵੀ ਜਿਹੜੇ ਮੁੰਡੇ ਦੀ ਲੋੜੀ ਸੀਗੀ ਉਹਨਾਂ ਦਾ ਵੀ ਮਿੱਤਰ ਸੀ ਮੁੰਡੇ ਦਾ ਨਾਮ ਸੀ ਵਿੱਕੀ ਜੈਲਦਾਰ ਮਨਮੋਹਨ ਭਾਜੀ ਨੇ ਇਹ ਗੱਲ ਸ਼ੇਅਰ ਕੀਤੀ ਸੀ ਇੱਕ ਦਿਨ ਕਹਿੰਦੇ ਹਾਂ ਮਿੱਤਰ ਆ ਮੇਰਾ ਤੇ ਮਨਮੋਹਨ ਭਾਜੀ ਨੇ ਉੱਥੇ ਨਾਂ ਲਿਆ ਕਹਿੰਦਾ ਵੀ ਆਪਣਾ ਬਹੁਤ ਪਿਆਰਾ ਭਰਾ ਆ ਵਿੱਕੀ ਜੈਲਦਾਰ ਵੀ ਉਹ ਵੀ ਆਇਆ ਹੋਇਆ ਮੈਂ ਕਿਹਾ ਲੈ ਵੀ ਨਾਮ ਮਿਲ ਗਿਆ ਬਈ ਮੋਰੇ ਗੀਤਾ ਵਿੱਕੀ ਕੱਢ ਦੇਣਾ ਜੈਲਦਾਰ ਆ ਭਾਈ ਦੇ ਜਿਹੜਾ ਲੈਣਾ ਆਪਣਾ ਖਸੂਤ ਆ ਗਿਆ ਕੰਮ ਤੋ ਇਹ ਸਮਝਣਾ ਕਿਸੇ ਦਾ ਨਾਮ ਕਰਨ ਵੀ ਮਨਮੋਹਣ ਭਾਜੀ ਦਾ ਕੀਤਾ ਹੋਇਆ ਹੈ ਜੀ ਹਾਂ ਵਾ ਨਹੀਂ ਇਹ ਠੀਕ ਹੀ ਗੱਲ ਹੈ ਫਿਰ ਜਾਨੀ ਕਿ ਜਿੱਦਾਂ ਮਰਜੀ ਬਣ ਗਿਆ ਸਵੱਬ ਬਣ ਗਿਆ ਸਵੱਬ ਬਣ ਗਿਆ ਜਿੱਥੇ ਮੈਨੂੰ ਨਾਮ ਲੱਭ ਗਿਆ ਉਹ ਤੁਸੀਂ ਮਾਜਿਕ ਚ ਕਹਿ ਹੁੰਦਾ ਦੇਖ ਲਿਆ ਵੀ ਟੌਰ ਆ ਇਸ ਨਾਮ ਦੀ ਬਸ ਟੌਰ ਆ ਵੀ ਸੋਹਣਾ ਲੱਗ ਰਿਹਾ ਵੀ ਬੜਾ ਹੈ ਘੈਂਟ ਜਿਆ ਸਰਦਾਰਾਂ ਜਿਹਾਂ ਵਾਲਾ ਨਾਮ ਆ ਨਹੀਂ ਹੈਗਾ ਇਹ ਸਰਦਾਰਾਂ ਵਾਲਾ ਜਿੱਦਾਂ 80 ਤੋਂ 100 ਪਿੰਡ ਹੁੰਦੇ ਸੀਗੇ ਇੱਕ ਜ਼ੈਲਦਾਰ ਤੇ ਥੱਲੇ ਹਾਂਜੀ ਆਪਣਾ ਅੰਗਰੇਜ਼ਾਂ ਦੇ ਸਮੇਂ ਦੇ ਵਿੱਚ ਜੀ ਤੇ ਇਹ ਜਿਹੜਾ ਸੇਟਮ ਹੁੰਦਾ ਸੀ ਕਾਹਦਾ ਜਿਹੜੇ ਸਰਪੰਚ ਪੰਚ ਹੁੰਦੇ ਸੀ ਉਹਨਾਂ ਨਾਲ ਕੋਈ ਸਬੰਧ ਨਹੀਂ ਸੀਗਾ ਸਿੱਧਾ ਲੰਬੜਦਾਰ ਨਾਲ ਸਬੰਧ ਹੁੰਦਾ ਸੀ ਠੀਕ ਹੈ ਜੀ ਇਹ ਫਿਰ ਇਦਾਂ ਕੰਮ ਹੁੰਦਾ ਸੀ ਮਾਮਲਾ ਇਕੱਠੇ ਕਰਨ ਦਾ ਕੰਮ ਇਹ ਉਸ ਤਰੀਕੇ ਨਾਲ ਵੀ ਟੈਕਸ ਇਕੱਠਾ ਕਰਦੇ ਸਿਸਟਮ ਬਣਾਇਆ ਹੋਇਆ ਸੀ ਮਤਲਬ ਪੂਰਾ ਹਾਂ 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 ਤੇ ਇਸ ਕਰਕੇ ਜ਼ਾਇਲਦਾਰ ਤਾਂ ਬਹੁਤ ਬੜੀ ਚੀਜ਼ ਆ ਬਹੁਤ ਇੱਕ ਕਿਸਮ ਦਾ ਇੱਕ ਟਾਈਪ ਦਾ ਐਮਐਲਏ ਲਾ ਲੋ ਜੀ ਉਸ ਟਾਈਮ ਦਾ ਉਹ ਬਿਨਾਂ ਚੋਣਨ ਤੋਂ ਬਿਨਾਂ ਚੋਣਨ ਤੋਂ ਹੰਦਾਨੀ ਬਣ ਜਾਂਦਾ ਸੀ ਸੋ ਸਾਨੂੰ ਸਾਰੇ ਪੰਜਾਬ ਨੇ ਚੋਣ ਲਿਆ ਜੀ ਮੈਂ ਵੀ ਹੁਣ ਐਮਐਲਏ ਖਾਲਮਾ ਮੁਰੇ ਐਮਐਲਏ ਗੀਤਾ ਜੀ ਉਹ ਤਾਂ ਨਹੀਂ ਨਹੀਂ ਜਦੋਂ ਲੋਕਾਂ ਨੇ ਸਵੀਕਾਰ ਕਰ ਲਿਆ ਜੀ ਫਿਰ ਉਹ ਓਦਾਂ ਵੱਡਾ ਉਹ ਜਿੱਦਾਂ ਨਾ ਕਈ ਹੁੰਦੇ ਨੇ ਪਹਿਲਾਂ ਐਮਏ ਕਰ ਲੈਂਦੇ ਫਿਰ ਪੀਐਚਡੀ ਫਿਰ ਆਪਣੇ ਨਾਲ ਨਾਲ ਲਿਖ ਲੈਂਦੇ ਐਮਏ ਪੀਐਚਡੀ ਹਾਂਜੀ ਵੀ ਜਦੋਂ ਤੁਸੀਂ ਪੀਐਚਡੀ ਕਰ ਲਈ ਹੁਣ ਐਮਏ ਲਿਖਣ ਦਾ ਕੀ ਫਾਇਦਾ ਇਹ ਜੀ ਪਰ ਅਸੀਂ ਤਾਂ ਚਲੋ ਆਪਣੀਆਂ ਪੁਰਾਣੀਆਂ ਗੱਲਾਂ ਕਰਦੇ ਸੀ ਪੰਜਾਬ ਦੀਆਂ ਬੜਾ ਜੀ ਇਹ ਤੁਸੀਂ ਮੈਨੂੰ ਪਰ ਤੁਸੀਂ ਤੁਸੀਂ ਪੁਰਾਣੇ ਟਾਈਮ 'ਚ ਮੈਨੂੰ ਬਾੜ ਦਤਾਵੇਂ ਚੁਚੇ ਧਾਰਾ ਟਾਟਾਂ ਦੇ ਬੈਠੇ ਵਾਲੀਆਂ ਗੱਲਾਂ ਜਿਹੜੀਆਂ ਆਪਣੀਆਂ ਸਾਰੀਆਂ ਸਨ ਆਵਰ ਗੁ ਕਰੋ ਸ਼ੇਰ ਪਾਜੀ ਤੁਸੀਂ ਇਹ ਦੇਖ ਲਓ ਵੀ ਹੁਣ ਜੀਨ ਆਪਾਂ ਲਈ ਦੀ ਆ ਤੇ ਕਈ ਵਾਰੀ ਹਾਲੀ 5 5 6 6 ਸਾਲ ਜੀਨ ਪਾ ਕੇ ਆਪ ਮਾਨ ਨੱਕ ਜਾਂਦਾ ਬੰਦਾ ਕਹਿੰਦਾ ਯਾਰ ਪਾਟਦੀ ਨਹੀਂ ਜੀਨ ਹਾਂ ਹੈ ਜਿਹੜੀਆਂ ਖਾਕੀ ਪੈਂਟਾਂ ਸੀ ਉਹ ਸਾਲ ਵਾਰੇ ਪਿੱਛੇ ਪਾਟੀਆਂ ਹੁੰਦੀਆਂ ਸੀ ਆਪਣੇ ਦੇਖ ਲਓ ਤੁਸੀਂ ਟਾਟਾ ਦੇ ਬਹਿ ਬਹਿ ਕੇ ਉਹਤ ਕਾਸ ਜੰਦਾ ਹੀ ਸਾਰਾ ਕੁਝ ਨਹੀਂ ਪਰ ਤੁਸੀਂ ਜ਼ਮਾਨਾ ਦੇਖੋ ਕਿ ਅਸੀਂ ਨਾ ਥੋੜਾ ਬਹੁਤਾ ਪਾਟੇ ਕੱਪੜਿਆਂ ਤੇ ਵੀ ਹਾਂਜੀ ਕੋਈ ਗਲੀ ਗੁਲੀ ਹੋਣੀ ਉਹ ਪਾ ਕੇ ਚੱਲ ਜਾਣਾ ਸਕੂਲ ਨੂੰ ਹੁਣ ਤਾਂ ਕੋਈ ਜਾਂਦਾ ਹੀ ਨਹੀਂ ਚਲੇ ਜਾਂਦੇ ਇੱਥੇ ਨਾਲੇ ਅਸੀਂ ਇਦਾਂ ਥੋੜੋ ਸਿਗੇ ਬਹੁਤ ਗਰੀਬ ਸਿਗੇ ਪਰ ਜਾਣ ਕੇ ਇਹ ਚੀਜ਼ਾਂ ਐਕਸੈਪਟਡ ਸਿਗੀਆਂ ਉਦੋਂ ਬੋਦਾ ਕਹਿੰਦਾ ਇਹ ਕੋਈ ਇਹਨਾਂ ਦਾ ਉਹਨਾਂ ਚੀਜ਼ਾਂ ਨਹੀਂ ਆਪਾਂ ਨੂੰ ਹੁਣ ਲੋਕ ਸੰਗ ਸ਼ਰਮ ਮੰਨਣ ਲੱਪੇ ਉਹ ਚੀਜ਼ਾਂ ਲੋਕਾਂ ਦੇ ਵਿੱਚੋਂ ਇਹਨਾਂ ਇਸੇ ਕਰਕੇ ਜੀ ਮੈਨੂੰ ਤਾਂ ਲੱਗਦਾ ਥੋੜਾ ਜਿਹਾ ਪਿਆਰ ਦੀ ਭਾਵਨਾ ਜਿਹੜੀ ਘੱਟੀ ਆ ਕਿਉਂਕਿ ਫਾਰਮੈਲਿਟੀ ਮਟੀਰੀਅਲ ਚੀਜ਼ਾਂ ਜ਼ਿਆਦਾ ਪਹਿਲੋਂ ਕਾਨੇ ਸਾਹਮਣੇ ਹਾਂ 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 ਹਰੇਕ ਬੰਦਾ ਹੁਣ ਚਮਕ ਕੇ ਬਾਹਰ ਨਿਕਲਦਾ ਪਹਿਲਾਂ ਇਹਨਾਂ ਚੀਜ਼ਾਂ ਦਾ ਫਰਕ ਹੀ ਨਹੀਂ ਸੀ ਹੁੰਦਾ ਫੋਟੋ ਇੰਨੇ ਵਧੀਆ ਕੈਮਰੇ ਆ ਹੁਣ ਆਪਣੇ ਕੋਲ ਫੋਟੋ ਖਿੱਚਣ ਤੋਂ ਬਾਅਦ ਵੀ ਸੋਚੀ ਜਾਵਾਂ ਯਾਰ ਥੋੜੀ ਐਡਿਟ ਕਰ ਲਈ ਹੋਰ ਸੋਹਣ ਸੋਹਣੀ ਲੱਗੇ ਇਹ ਬਹੁਤ ਮਟੀਰੀਅਲ ਚੀਜ਼ਾਂ ਦੇ ਜ਼ਿਆਦਾ ਮੁੰਨੇ ਆ ਗਈਆਂ ਹਾਂ ਹਾਂ ਪਹਿਲਾਂ ਉਹ ਜਿਹੜੀ ਪੇਂਟ ਟਾਟਾ ਨਾਲ ਘਸ ਘਸ ਕੇ ਪਾੜ ਜਾਂਦੀ ਮੈਂ ਬਹੁਤ ਸਾਰੇ ਮੈਨੂੰ ਹੁਣ ਤਸਵੀਰ ਖਾਣੇ ਸੋਹਣ ਕੰਬਲੀ ਕਈ ਬੰਦੇ ਉੱਥੇ ਘਰੇ ਮੰਮੀਆਂ ਉਹਨਾਂ ਦੀਆਂ ਉਹ ਮਸ਼ੀਨ ਨਾਲ ਲਾ ਕੇ ਗੋਲ ਜਿਹਾ ਪਿੱਛੇ ਬਣਾ ਦਿੰਦੇ ਆ ਜਦੋਂ ਵੀ ਪਸੀਤਾ ਪਤਾ ਲਾ ਦੇ ਵੇ ਯਾ ਸਿੰਤ ਇਹ ਮਤਲਬ ਸੋਈ ਸਾਰਾ ਸ਼ਰਮ ਸੰਗਸ਼ਾਰ ਨੂੰ ਨਦਗ ਠੀਕ ਹੈ ਯਾਰ ਮੈਂ ਓਕੇ ਆ ਟੈਨ ਹੁੰਦਾ ਸੀ ਉਸ ਟਾਈਮ ਚੀਜ਼ ਨਹੀਂ ਹੁਣ ਜਿਹੜਾ ਪੰਜਾਬੀ ਦਾ ਸ਼ਬਦ ਆ ਟਾਕੀ ਉਹ ਤਾਂ ਖਤਮ ਹੀ ਹੋ ਗਿਆ ਟਾਕੀ ਲੈਣੀ ਤਾਂ ਆਮ ਸੀ ਗੱਲ ਟਾਕੀ ਹਾਂ ਹੁਣ ਜੇ ਵੀ ਇੰਗਲਿਸ਼ ਪੈਚ ਹੁੰਦੀ ਹੈ ਪੈਚ ਹੋ ਗਿਆ ਜੀ ਨਹੀਂ ਜੀ ਮੈਂ ਕਹਿੰਦਾ ਮੈਨੂੰ ਮੈਨੂੰ ਤਾਂ ਟਾਪਿਕ ਮਿਲ ਗਿਆ ਮੈਂ ਟਾਕੀ ਤੇ ਸ਼ਾਮ ਤੱਕ ਗਾਣਾ ਹੀ ਲਿਖ ਲੈਣਾ ਕੋਈ ਨਾ ਕੋਈ ਆ ਲਿਖੋ ਲਿਖੋ ਟਾਕੀ ਤਾਂ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਜੀ ਜਿੱਦਾਂ ਟਾਕੀਆਂ ਇੱਥੇ ਹੁਣ ਅਸੀਂ ਆਉਣੇ ਆ ਜੀ ਅੱਗੇ ਦਾ ਟਾਕੀਆਂ ਕੱਪੜਿਆਂ ਨੂੰ ਲਾਉਂਦੇ ਸੀ ਹੁਣ ਤਾਂ ਸਾਲ ਮਾਹੌਲ ਇੰਨਾ ਖਰਾਬ ਹੋਇਆ ਜੀ ਸੜਕਾਂ ਨੇ ਸੜਕਾਂ ਪੰਜਾਬ ਦੀਆਂ ਜਿਹੜੀਆਂ ਪਿੰਡਾਂ ਨੂੰ ਜਾਂਦੀਆਂ ਥੋੜੀਆਂ ਪੱਕੀਆਂ ਆ ਚੰਗੀ ਤਰ੍ਹਾਂ ਬਾਕੀਆਂ ਦੇ ਟਾਕੀਆਂ ਹੀ ਲੱਗੀਆਂ ਆ ਸੋ ਟਾਕੀ ਦਾ ਜਿਹੜਾ ਹੁਣ ਰਿਵਾਜ ਪੈਂਟਾ ਕੱਪੜਿਆਂ ਤਾਂ ਤਾਂ ਨਹੀਂ ਰਿਹਾ ਪਰ ਸੜਕਾਂ ਤੇ ਆ ਗਿਆ ਉਹ ਘਟਦਾ ਘਟਦਾ ਪਰ ਯਾਨੀ ਕਿ ਟਾਕੀ ਨੂੰ ਤੁਸੀਂ ਜੇ ਗੀਤ ਲਿਖਣਾ ਹੋਵੇ ਤਾਂ ਇਹਦਾ ਇਸ ਤਰੀਕੇ ਨਾਲ ਵੀ ਲਿਖ ਸਕਦੇ ਆ ਕਿ ਜਿੱਦਾਂ ਇੱਕ ਥਾਂ ਤੋਂ ਤੋੜ ਕੇ ਜੇ ਦੂਜੇ ਥਾਂ ਤੇ ਲਾਉਂਦਾ ਕੋਈ ਯਾਰੀ ਹਾਂਜੀ ਹਾਂਜੀ ਪਈ ਉਹ ਉਹ ਯਾਰੀ ਯਾਨੀ ਕਿ ਆਪਣੇ ਦਿਲ ਨੂੰ ਯਾਨੀ ਕਿ ਦੇਲੋਂ ਉਹਦੇ ਤੇ ਆਇਆ ਕਿ ਜਿਹੜਾ ਪਹਿਲਾਂ ਜ਼ਖਮ ਹੋਇਆ ਉਹਤੇ ਟਾਕੀ ਲਾਉਣ ਨੂੰ ਹੀ ਲਾਇਆ ਦੇਲ ਹਾਂ ਗੱਲ ਬਣ ਗਈ ਬਿਲਕੁਲ ਪਹਿਲਾ ਜਖਮ ਮਟਾਉਣ ਨੂੰ ਹੈ ਲੱਗਦਾ ਲਾਇ ਟਾਕੀ ਲੋੜ ਨੂੰ ਹੈ ਜੀ ਅੱਛੀ ਦੂਜੀ ਅਜੇ ਤੱਕ ਕੰਮ ਕੀਤਾ ਜਾ ਸਕਦਾ ਕਰੋ ਕਰੋ ਅੱਜ ਕੰਮ ਸ਼ੁਰੂ ਕਰੋ ਹਲੇ ਸਵੇਰਾ ਸਵੇਰਾ ਆ ਖਾ ਕੇ ਜੀ ਲੱਸੀ ਨਾਲ ਇੱਥੇ ਹੁਣ ਜੀ ਮਸ਼ੀਨ ਚੱਲਣੀ ਹੈ ਮੇਰਾ ਇੱਕ ਦੋਸਤ ਹੈ ਗੁਰਮukh ਸਿੰਘ ਹਾਂਜੀ ਮੈਂ ਉਹਦੇ ਖੂਹ ਤੇ ਖੜਾ ਐ ਬੜਾ ਪਿਆਰਾ ਖੂਹ ਐ ਮੈਂ ਤੁਹਾਨੂੰ ਬਾਅਦ ਚ ਫੋਟੋ ਵੀ ਖਿੱਚ ਕੇ ਭੇਜੂਗਾ ਤੇ ਨਾ ਜਿੱਦਾਂ ਤੁਸੀਂ ਐਲ ਐ ਤੁਸੀਂ ਜਾਦਾ ਰਹਿੰਦੇ ਆ ਇੱਥੇ ਉਹਨਾਂ ਨੇ ਬੰਦੇ ਨੇ ਐਨ ਆਰ ਆਈਆਂ ਦਾ ਖੂਹ ਹੈ ਇਹ ਉਹਨੇ ਠੇਕੇ ਦੇ ਲਈ ਹੋਈ ਜ਼ਮੀਨ ਐ ਇੱਥੇ ਬੋਤਲ ਪਾਉਣ ਦੇ ਨਾ ਉਹਨਾਂ ਨੇ ਬਹੁਤ ਦੂਏ ਲਾਏ ਹੋਏ ਅਦਰਾਖਤ ਅੱਛਾ ਇਹ ਮਤਲਬ ਉਦੀ ਫੀਲਿੰਗ ਐਲ ਏ ਟਾਈਪ ਆਉਂਦੀ ਜਦੋਂ ਫੋਟੋਆਂ ਖੇਚਦੇ ਆ ਪਿੱਛੋਂ ਹੂੰ ਹੂੰ ਵਾਹ ਜੀ ਵਾਹ ਤੇ ਮੋਸਟਲੀ ਜਿੱਦਣ ਮੈਂ ਬੇਲਾ ਹੁੰਨਾ ਮੇਰਾ ਦਿਨ ਇੱਥੇ ਹੀ ਲੰਘਦਾ ਤੇ ਇੱਥੇ ਹੁਣ ਮਸ਼ੀਨ ਚਲਾਉਣ ਲੱਗਿਆ ਗੁਰਮਖ ਸਿੰਘ ਹੁਣੀ ਤੇ ਮੈਂ ਉਹ ਉਹਨੂੰ ਮੈਂ ਕਿਹਾ ਵੀ ਹੁਣ ਮੈਂ ਰੋਟੀ ਪਾਣੀ ਦਾ ਕੀ ਜ਼ਿਗਾਰਡ ਲੱਗੂ ਉਹ ਕਹਿੰਦਾ ਤੂੰ ਇੱਥੇ ਹੀ ਬੈਠ ਬੇ ਲੱਸੀ ਬਣ ਰਹੀ ਆ ਤੇ ਪਰੌਂਠੇ ਇੱਥੇ ਆ ਰਹੇ ਆ ਆਚਾਰ ਨਾਲ ਆਪਣੇ ਸਾਰਿਆਂ ਦੇ ਪਰੌਂਠਿਆਂ ਤੇ ਜ਼ੋਰ ਘੱਟ ਰੱਖਿਓ ਲੱਸੀ ਤੇ ਜ਼ਿਆਦੇ ਰੱਖਿਓ ਕਿਉਂਕਿ ਇਦਾਂ ਹੁੰਦਾ ਨਾ ਜਦੋਂ ਕੋਈ ਬੰਦਾ ਅੱਗੇ ਇਹ ਕਹਿੰਦੇ ਹੁੰਦੇ ਸੀਗੇ ਲੱਸੀ 'ਚ ਕਹਣਾ ਜੀ ਫੈਟ ਲੋਕ ਆਪ ਖਾ ਲੈਂਦੇ ਸੀਗੇ ਮੱਖਣ ਹਾਂ ਤੇ ਸਾਡੇ ਨਾ ਹੁਣ ਜਿੱਦਾਂ گاਵਾ ਹੁੰਦੀਆਂ ਸੀਗੀਆਂ ਤੇ ਕਾਫੀ ਅਸੀਂ ਦੁੱਧ ਰਿੜਕਣਾ ਤੇ ਉਹ ਸਵੇਰ ਨੂੰ ਲੱਸੀ ਦੀਆਂ ਦੋ ਚਾਟੀਆਂ ਭਰ ਜਾਣੀਆਂ ਦਸਾਂ ਘਰਾਂ ਦੇ ਲੱਸੀ ਲੈਣ ਆਉਣਾ ਹਰੇਕ ਨੂੰ ਕਿਸੇ ਨੂੰ ਗਲਾਸ ਦੇਣਾ ਸਾਡੀ ਦਾਦੀ ਨੇ ਆਪੇ ਬਣਾਇਓ ਹੁੰਦੇ ਸੀ ਜਦੋਂ ਉਹਨ ਕਿਤੇ ਬਾਹਰ ਜਾਣਾ ਹੋਣਾ ਉਹਨ ਕਹਿਣਾ ਫਲਾਨੀ ਨੇ ਆਣਾ ਲੱਸੀ ਲੈਣ ਉਹਨੂੰ ਡੇਢ ਗਲਾਸ ਦੇ ਦੇਈਏ ਉਹਨੂੰ ਘੜਬੀ ਭਰ ਕੇ ਦੇ ਉਹ ਜਾਣ ਕੇ ਸਮੁਖ ਤੇ ਹੀ ਹੁੰਦੀ ਸੀ ਹਾਂਜੀ ਲੱਸੀ ਨੂੰ ਕੋਈ ਕੋਸ਼ ਨਾ ਅਸੀਂ ਸਮਝਦਾ ਹੁੰਦਾ ਸਾਨੂੰ ਪਤਾ ਨਹੀਂ ਸੀ ਅਸੀਂ ਇਹ ਕਹਿਣਾ ਵੀ ਮੱਖਣ ਅਸੀਂ ਵਿੱਚੋਂ ਕੱਢ ਲਿਆ ਹੁਣ ਲੱਸੀ ਕੀ ਕਰਨੀ ਜਦੋਂ ਕਿ ਪ੍ਰੋਟੀਨ ਸਾਰੀ ਲੱਸੀ ਚਲ ਜਾਂਦੀ ਹੈ ਅੱਛਾ ਲੱਸੀ ਦੀ ਬੂਰੀ ਪ੍ਰੋਟੀਨ ਹੁੰਦੀ ਹੈ ਜੀ ਪ੍ਰੋਟੀਨ ਤਾਂ ਲੱਸੀ ਚਾਹੀ ਜਾਂ ਮੱਖਣ ਚ ਤਾਂ ਮੱਕਦੂਗਾ ਹੀ ਰਹਿ ਗਿਆ ਉਹ ਤਾਂ ਫੈਟ ਹੈ ਹੀ ਰਹਿ ਗਈ ਕਹਿੰਦੇ ਇਸੇ ਕਰਕੇ ਕਹਿੰਦੇ ਮੈਮ ਪਤਾ ਮੈਂ ਸੁਣ ਕਿਸੇ ਤੋਂ ਸੁਣਿਆ ਜੀ ਕਹਿੰਦੇ ਵੀ ਜਿਹੜੀ ਲਾਲ ਲੱਸੀ ਆ ਉਹ ਕਹਿੰਦੇ ਲੀਵਰ ਵਾਸਤੇ ਬਹੁਤ ਜ਼ਿਆਦਾ ਚੰਗੀ ਹੈ ਉਹ ਤਾਂ ਪਤਾ ਨਹੀਂ ਉਹ ਕਹਿੰਦੇ ਦੰਦੂਨੇ ਦੀ ਤੁਸੀਂ ਕਹਿੰਦੇ ਹੁਣ ਹਾਂ ਦੰਦੂਨੇ ਵਾਲੀ ਦੰਦੂਨੇ ਵਾਲੀ ਆਹੋ ਆਹ ਉਹ ਤਾਂ ਦੇਖੋ ਜੀ ਜਦੋਂ ਹੁਣ ਦੁੱਧ ਆ ਦੁੱਧ ਨੂੰ ਆਪਾਂ ਦੋ ਤਰੀਕੇ ਨਾਲ ਪੈਸਚਰਾਇਜ਼ ਕਰ ਸਕਦੇ ਆ। ਇੱਥੇ ਇੰਗਲਿਸ਼ ਦੇ ਵਿੱਚ ਦੋ ਸ਼ਬਦ ਆ ਜੀ ਜਿਹੜੇ ਸਾਡੇ ਪੰਜਾਬੀ ਨਾਲ ਕਈ ਵਾਰੀ ਉਹ ਇੰਟਰਚੇਂਜੇਬਲੀ ਵਰਤ ਲੈਂਦੇ ਆ ਇੱਕ ਦੂਜੇ ਦੀ ਥਾਂ ਵਰਤ ਲੈਂਦੇ ਪਰ ਇਹਨਾਂ ਦਾ ਮਤਲਬ ਬਹੁਤ ਹੋਰ ਤਰ੍ਹਾਂ ਆ। ਅੱਛਾ ਜੀ। ਇੱਕ ਤਾਂ ਹੁੰਦਾ ਪੈਸਚਰਾਇਜ਼ ਕਰਨਾ ਦੁੱਧ ਨੂੰ ਤੇ ਇੱਕ ਹੁੰਦਾ ਹਮੋਜਨਾਈਜ਼ ਕਰਨਾ। ਅੱਛਾ ਜੀ। ਇੱਥੇ ਕਹਿ ਨਹੀਂ ਦਿੰਦੇ ਮੈਂ ਹੋਮ ਮੋ ਮਿਲਕ ਲਿਖ ਕੇ ਆਇਆ ਹਾਂ। ਹਾਂਜੀ 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 ਹਾਂਜੀ। ਉਹ ਹਮੋਜਨਾਈਜ਼ ਕੀਤਾ ਆ। ਓਕੇ। ਜਿਹੜਾ ਪੈਸਚਰਾਇਜ਼ ਆ ਉਹ ਤਾਂ ਹੈਗਾ ਜਿੱਦਾਂ ਅਸੀਂ ਘਰਾਂ 'ਚ ਦੋ ਤਰੀਕੇ ਨਾਲ ਪੁਰਾਣੇ ਸਮਾਨੇ 'ਚ ਕਰਦੇ ਹੁੰਦੇ ਸੀ ਜਾਂ ਤਾਂ ਅਸੀਂ ਕਰਦੇ ਹੁੰਦੇ ਸੀ ਮੋਬਾਲ ਕੇ ਉਹਦੇ ਵਿੱਚਲਾ ਬੈਕਟੀਰੀਆ ਸਾਰਾ ਮਾਰ ਦੇਣਾ ਹਾਂਜੀ ਤੇ ਜਾਂ ਫਿਰ ਉਹਨੂੰ ਹੌਲੀ-ਹੌਲੀ ਗਰਮ ਕਰਕੇ ਦਧੂਨੇ 'ਚ ਦਧੂਨੇ 'ਚ ਹਾਂ ਉਹ ਹੌਲੀ-ਹੌਲੀ ਗਰਮ ਹੋ ਕੇ ਉਹ ਪਾਸਟਰਾਇਜ਼ ਹੋ ਜਾਂਦਾ ਸਾਰੇ ਦਿਨ 'ਚ ਹਾਂ ਉਹ ਸਾਰਾ ਦਿਨ ਉਹ ਗੋਟਾ ਲਾਈ ਜਾਨੀ ਆ ਬੇਬੀਆਂ ਜਦੋਂ ਮੋੱਕ ਦਾ ਫੇਰ ਵਾਲ ਥੋੜਾ ਜਿਹਾ ਹੋਰ ਲਾ ਦਨੀਆਂ ਥੱਲੇ ਆ ਨਾ ਜੀ ਹਾਂ 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 ਤੇ ਉਹਦੇ ਨਾਲ ਉਹ ਪਾਸਟਰਾਇਜ਼ ਹੋ ਜਾਂਦਾ ਤੇ ਉਹ ਉਹ ਵੀ ਉਹ ਵੀ ਤਰੀਕਾ ਵਧੀਆ ਤੇ ਪਰ ਉਹਨੂੰ ਪਾਸਟਰਾਇਜ਼ ਕਰਨਾ ਤਾਂ ਜਿਹੜਾ ਇੱਥੇ ਹੋਮੋ ਮਿਲਕ ਅਸੀਂ ਕਹਿੰਨੇ ਆ ਹਾਂ ਜੀ ਇਹ ਜੀ ਹੋਰ ਚੱਕਰ ਆ ਇਹ ਕੀ ਕਰਦੇ ਆ ਜੀ ਕਿ ਜਿਹੜਾ ਦੁੱਧ ਆ ਉਹਦੇ ਉੱਪਰ ਨੇਚਰਲੀ ਮਲਾਈ ਜਾਂਦੀ ਆ ਓਕੇ ਜੀ ਜਦੋਂ ਕਿ ਸਾਨੂੰ ਪਤਾ ਘਰਾਂ 'ਚ ਸਾਡੇ ਦੁੱਧ ਤੇ ਮਲਾਈਆਂ ਆਣੀਆਂ ਪਰ ਤੁਸੀਂ ਦੇਖਿਆ ਕਿ ਕੈਨੇਡਾ ਦੇ ਵਿੱਚ ਗੈਲਨ ਤੇ ਮਲਾਈ ਕਦੇ ਨਹੀਂ ਆਉਂਦੀ ਨਹੀਂ ਆਉਂਦੀ ਬਿਲਕੁਲ ਨਹੀਂ ਆਉਂਦੀ ਤੇ ਉਹ ਇਸ ਕਰਕੇ ਨਹੀਂ ਜੀ ਆਉਂਦੀ ਕਿ ਉਹ ਬਹੁਤ ਜ਼ਿਆਦਾ ਉੱਤੇ ਪ੍ਰੈਸ਼ਰ ਪਾ ਕੇ ਨਾ ਉਹਦੀ ਸਾਰੀ ਫੈਟ ਨੂੰ ਉਹਦੇ ਜਿਹੜੇ ਮੋਲੀਕਿਊਲ ਆ ਉਹਨਾਂ ਨੂੰ ਇਦਾਂ ਤੋੜ ਕੇ ਇੱਕ ਸਾਰ ਕਰ ਦਿੰਦੇ ਆ ਜੇ ਸਿੱਤ ਚੀਜ਼ ਮੋਰੇ ਹੋਮੋ ਆ ਜਾਵੇ ਉਹਦਾ ਮਤਲਬ ਹੁੰਦਾ ਇੱਕੋ ਜਿਹੀ ਉਹਨੂੰ ਹਮੋਜਨਾਈਜ਼ ਕਰ ਦਿੰਦੇ ਸਾਰੀ ਨੂੰ ਇੱਕੋ ਹੀ ਕਰ ਦਿੰਦੇ ਆ ਓਕੇ ਉਹ ਫੈਟ ਉਹਦੇ ਵਿੱਚੇ ਹੀ ਰਲ ਜਾਂਦੀ ਉਹ ਮੁੜ ਕੇ ਜੁਦੀ ਜੁਦੀ ਨਹੀਂ ਹੋ ਸਕਦੀ ਇਸ ਕਰਕੇ ਜੇ ਤੁਸੀਂ ਦੁਕਾਨ ਤੋਂ ਦੁੱਧ ਲਿਆ ਕੇ ਉਹ ਚੋਂ ਖੋਆ ਕੱਢਣ ਲੱਪੋ ਕਈ ਵਾਰੀ ਬੁੜੀਆਂ ਸਾਰਾ ਦਿਨੇ ਹਬਾਲੀ ਜਾਂਦੀਆਂ ਉਹ ਚੋਂ ਖੋਆ ਨਹੀਂ ਲੱਗਦਾ ਕੋਆ ਦਾ ਕੋਏ ਦਾ ਕੋਈ ਨਾਮ ਨਿਸ਼ਾਨੀ ਲੱਭਦਾ ਉਹਦੇ ਵਿੱਚੋਂ ਉਹ ਤਾਂ ਨਹੀਂ ਲੱਭਦਾ ਕਿਉਂਕਿ ਉਹ ਹਮੋਜਨਾਈਜ਼ ਕੀਤਾ ਆ ਤੇ ਪਰ ਇੱਥੇ ਵੀ ਦੁਕਾਨਾਂ ਦੇ ਵਿੱਚ ਜੇ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਦੁਕਾਨ 'ਚ ਜਾਓ ਨਾਨ ਹਮੋਜਨਾਈਜ਼ed ਮਿਲਕ ਲਿਆਓ ਨਾ ਦੁੱਧ ਲਿਆਓ ਅੱਛਾ ਜੀ ਤਾਂ ਉਹਦੇ ਵਿੱਚੋਂ ਖੋਆ ਵੀ ਨਿਕਲਦਾ ਪਰ ਉਹ ਫ੍ਰਿਜ 'ਚ ਪਿਆ ਆ ਪਿਆ ਆ ਉਹਦੀ ਮਲਾਈ ਵੀ ਉੱਪਰ ਆਂਦੀ ਆ ਉਹਨੂੰ ਫੇਰ ਰਲਾਲਾ ਪੈਂਦਾ ਹਾਂ ਉੱਥੇ ਜਾਂ ਮੈਂ ਦੇਖਿਆ ਜੰਮ ਜੇ ਜਾਂਦੀ ਆ ਆਪਾਂ ਇੱਥੇ ਆਪਾਂ ਹੁਣ ਦੂਏ ਨਾ ਕਰਦੇ ਆ ਮੜੀ ਸਾਈਡ ਨੂੰ ਚਮਚੇ ਨਾ ਕਰ ਦੇ ਦੀ ਉਹ ਪੂਰਾ ਪਰਤ ਜੇ ਜੰਮੀ ਹੁੰਦੀ ਆ ਹਾਂ ਹਾਂ ਇਹ ਮੈਂ ਜੀ ਕਰਦਾ ਨਹੀਂ ਵਾਈਫ ਨੂੰ ਵੀ ਨਾਨ ਹੋਮੋਜਾਈਜ਼ ਕਿਹੜਾ ਨਾਨ ਨਾਨ ਹੋਮੋਜਨਾਈਜ਼ ਤਾਂ ਹਾਂ ਜੀ ਨਾਨ ਹੋਮੋਜਨਾਈਜ਼ ਨਹੀਂ ਨਹੀਂ ਇੱਥੇ ਜ਼ੈਲਦਾਰ ਵਾਲਾ ਜੋ ਨਹੀਂ ਪਰਤਣਾ ਜੁੱਝਾਈ ਠੀਕ ਹੈ ਜੀ ਹਾਂਜੀ ਹਾਂਜੀ ਇੱਕ ਤੁਹਾਨੂੰ ਰੀਅਲ ਸਟੋਰੀ ਹੋਰ ਸੁਣਾਉਣਾ ਸੀ ਸਾਡੇ ਪਿੰਡ ਐਕਚੁਅਲੀ ਸਾਡੇ ਪਿੰਡ ਵੀ ਇੱਕ ਜੇਲਦਾਰ ਹੁੰਦੇ ਸੀਗੇ ਬਹੁਤ ਬਜ਼ੁਰਗ ਸੀ ਪਹਿਲਾਂ ਸਿਆਣੇ ਜਿਹੜੇ ਸੀ ਉਹਨੂੰ ਨਹਾਉਣ ਨੂੰ ਬਹੁਤ ਖੇਚੜੀ ਸੰਭਦੇ ਕਿਤੇ ਹਫ਼ਤੇ ਦੱਸਦੀ ਨਹੀਂ ਨਹਾ ਲੈਂਦੇ ਸੀ ਤੇ ਉਹ ਪਾਉਂਦੇ ਸੀਗੇ ਕੱਚ ਉਹਨਾਂ ਨੇ ਕਿਤੇ ਨਮੀ ਸਮਾਈ ਕਿਤੇ ਸੂਤ ਨਹੀਂ ਲੱਗਾ ਕੰਮਕੁੰਮ ਕਰੀ ਗਏ ਪੰਜੇ ਛੇ ਮਹੀਨੇ ਹੀ ਨਹੀਂ ਕਿਤੇ ਧੋਣ ਲਾ ਪਿਆ ਕਹਿੰਦੇ ਯਾਰ ਇਹਨੂੰ ਧੋ ਵੀ ਲਈਏ ਹੁਣ ਤੇ ਜਦੋਂ ਧੋ ਕੇ ਜਿਹੜੀ ਉਹ ਝੰਡਕਾ ਜਿਹਾ ਮਾਰਿਆ ਤੇ ਉਹ ਨੇਫਾ ਰਹਿ ਗਿਆ ਹੱਥ ਨੇ ਨੇ ਭਾਰੇ ਹੱਥ ਚ ਦੋਨੋਂ ਪਾਰਟ ਚੱਕੇ ਜੇ ਤੋਂ ਲਈ ਲਿਆ ਸੀ ਕਪੜਾ ਉਹਦੇ ਕੋਲ ਚਲ ਗਿਆ ਕਹਿੰਦਾ ਸਾਲੇ ਇੰਨਾ ਮਾੜਾ ਕਪੜਾ ਦੇ ਦਿੱਤਾ ਇਹਨੇ ਸਾਲੇ ਨੀ ਕੋਈ ਧੋ ਕੰਢਿਆ ਇਹ ਨਹੀਂ ਦੱਸਿਆ ਜਾ ਕੇ ਮੈਂ ਤਾਂ ਧੋਤੀ ਛੇ ਮੀਂਹ ਨਹੀਂ ਆ ਕਪੜਾ ਗਲ ਗਿਆ ਮੈਡ ਨਾਲ ਇਹ ਤਾਂ ਮੈਨੂੰ ਦੋ ਗੱਲਾਂ ਯਾਦ ਆਈਆਂ ਜੀ ਹਾਂਜੀ ਇੱਕ ਤਾਂ ਸੱਚੀ ਗੱਲ ਯਾਦ ਹੈ ਗਈ ਉਹ ਇਹ ਕਿ ਸਾਡੇ ਮਾਸਟਰ ਹੁੰਦੇ ਸੀਗੇ ਸ਼ਿਵ ਸਿੰਘ ਸਾਹਿਬ ਅੱਛਾ ਜੀ ਉਹ ਜਾਨੀ ਕਿ ਉਹ ਮਿੱਤਰਾਂ ਦੇ ਮਿੱਤਰ ਹੁੰਦੇ ਸੀਗੇ ਤੇ ਪਰ ਇੱਕ ਸੈਂਟ੍ਰਿਕ ਹੁੰਦੇ ਸੀਗੇ ਥੋੜੇ ਠੀਕ ਆ ਜੀ ਪਰ ਉਦਾਂ ਉਹਨਾਂ ਨੇ ਜਿਨ੍ਹਾਂ ਨੂੰ ਉਹ ਨਹੀਂ ਪਸੰਦ ਕਰਦੇ ਸੀ ਤੇ ਉਹਨਾਂ ਨੂੰ ਨਹੀਂ ਕੁੱਟਣ ਲਈ ਵੱਖ-ਵੱਖ ਨੰਬਰ ਦੇ ਡੰਡੇ ਰੱਖੇ ਹੋ ਹੁੰਦੇ ਸੀਗੇ 16 ਨੰਬਰ ਦਾ ਡੰਡਾ 8 ਨੰਬਰ ਦਾ ਡੰਡਾ ਇਦਾਂ ਉਹ ਮਾਈ ਗੋਡ ਉਹਨਾਂ ਨੇ ਪਹਿਲਾਂ ਮਨੂ ਨੂੰ ਪੜ੍ਹਾਇ ਡਰਾਇੰਗ ਤੇ ਫੇਰ ਮੈਨੂ ਨੂੰ ਪੜ੍ਹਾਇ ਤੇ ਫੇਰ ਕਮਲ ਨੂੰ ਪੜ੍ਹਾਇਆ ਅੱਛਾ ਜੀ ਤੇ ਇੱਕ ਵਾਰ ਉਹ ਨਾ ਕਮਲ ਨੂੰ ਕਹਿੰਦੇ ਵੀ ਮੇਰੀ ਕਹਿੰਦੇ ਪੂਣੀ ਕਰਾਈ ਪੱਗ ਦੀ ਤੇ ਕਮਲ ਨੇ ਉਹਨਾਂ ਨਾਲ ਪੂਣੀ ਕਰਾਈ ਤੇ ਫੇਰ ਉਹ ਕਹਿੰਦੇ ਕਹਿੰਦੇ ਬਸ ਹੈਥੇ ਖੜ ਜਾ ਸਿੱਧੀ ਖਿੱਚ ਕੇ ਪੂਣੀ ਤੇ ਦੂਜੇ ਪਾਸੇ ਉਹਨਾਂ ਬੰਨ ਦੇ ਬੰਦੇ ਕਮਲਾਲ ਨੂੰ ਆਉਣ ਲੱਗ ਪਿਆ ਇੱਧੇ ਘੁੰਮ ਘੁੰਮ ਕੇ ਅੱਛਾ ਜੀ ਕਮਲ ਅੱਜ ਕਿਹਦਾ ਸੀਨ ਹੋਏਗਾ ਉਹ ਕਿਹਦਾ ਸੀ ਬੰਨ ਕੇ ਤੇ ਜਦੋਂ ਅਖੀਰ ਦੇ ਵਿੱਚ ਆਏ ਤੇ ਕਮਲ ਨੂੰ ਕਹਿੰਦੇ ਆ ਪਿੱਛੇ ਮੇਰਾ ਹੁਣ ਲਾੜ ਦੇ ਦੇ ਵਧੀਆ ਹਾਂ ਕਮਲ ਕਹਿੰਦਾ ਮੈਂ ਕਰਕੇ ਵਿੱਚ ਨੂੰ ਕਰਕੇ ਉਹਦਾ ਉਹਨਾਂ ਦਾ ਲਾੜ ਦੇ ਦਿੱਤਾ ਤੇ ਕਹਿੰਦਾ ਮੈਂ ਕਿਹਾ ਜੀ ਹੁਣ ਤਾਂ ਬਸ ਇਦਾਂ ਆ ਭਈ ਤੁਸੀਂ ਦੇਖ ਲਓ ਭਈ ਪੱਗ ਪਾਟ ਜੂਗੀ ਤੇ ਪਰ ਲਾੜ ਨਾ ਨਿਕਲੂਗਾ ਉਹ ਕਹਿੰਦੇ ਨਹੀਂ ਨਹੀਂ ਮਹੀਨੇ ਬਾਅਦ ਤਾਂ ਪਾਸਾ ਹੀ ਬਦਲਣਾ ਪੈਂਦਾ ਇੱਕ ਸਾਡੇ ਮਾਸਟਰ ਹੁੰਦਾ ਸੀ ਮੈਥ ਵਾਲਾ ਬਹੁਤ ਕੋੜਾ ਮਾਸਟਰ ਸੀ ਉਹ ਵੀ ਜਦਾਂ ਤੁਸੀਂ ਕੁੱਟ ਦੀ ਗੱਲ ਉਹ ਵੀ ਕੁੱਟਦਾ ਬਹੁਤ ਸੀ ਹੁਣ ਮੈਥ ਪਿੰਡਾਂ ਵਾਲੇ ਮੁੰਡਿਆਂ ਦਾ ਤਕਰੀਬਨ ਕਮਜ਼ੋਰੀ ਹੀ ਹੁੰਦਾ ਜੀ ਇੱਕ ਮੁੰਡਾ ਹੁੰਦਾ ਸਾਡੇ ਨਾਲ ਰਾਜੂ ਪੜਦਾ ਹੁੰਦਾ ਉਹ ਜਿਆਦਾ ਹੀ ਨਕਮਾ ਸੀ ਉਹਦਾ ਮੈਥ ਤਾਂ ਛੱਡੋ ਕਮਜ਼ੋਰੀ ਤਾਂ ਪੰਜਾਬੀ ਕਮਜ਼ੋਰ ਹੁੰਦੀ ਨਾਲੇ ਆਪਣੀ ਲੈਂਗੁਏਜ ਆ ਆਹੋ ਉਹਨਾਂ ਸਿਆਲਾਂ ਦਾ ਜੀ ਮੇਰੇ ਨਾਲ ਦਸੰਬਰ ਜਨਵਰੀ ਮੈਨੂੰ ਮਾੜੇ ਮਾੜੇ ਧੁੰਦਲਾ ਜਾ ਯਾਦ ਹੈ ਦਸੰਬਰ ਜਨਵਰੀ ਦੀ ਗੱਲ ਹੈ ਉਹ ਕਹਿੰਦਾ ਵੀ ਖੜੇ ਕਰ ਲਿਆ ਕਹਿੰਦਾ ਵੀ ਜਿਹੜੇ ਜਿਹੜੇ ਕੰਮ ਨਹੀਂ ਕਰਕੇ ਆਏ ਵੀ ਖੜੇ ਹੋ ਜਾ ਹੁਣ ਕੰਮ ਦਾ ਹਲਕੇ ਮੁੰਡਿਆਂ ਨਾਲ ਤਾਂ 90% ਕੀਤਾ ਨਹੀਂ ਹੁੰਦਾ ਹੀ ਖੜੇ ਹੋ ਗਏ ਜੀ ਸਾਰੇ ਹਾਂਜੀ ਤੇ ਜੀ ਉਹ ਕਹਦੇ ਹੱਥ ਤੇ ਮਾਰੇ ਕਹਦੇ ਠੰਡ ਖਾਲੀ ਉਹ ਮਾਰਿਆ ਕਰੇ ਡੰਡਾ ਜੀ ਅਸੀਂ ਹੱਥ ਤੇ ਖਾ ਕੇ ਸੁੱਤਾ ਕੱਚ ਦੇ ਵਿੱਚ ਡੰਡਾ ਕੱਟੀ ਇਹ ਕਹਿੰਦਾ ਵੀ ਕੱਚ ਚੋਂ ਕੱਚ ਚੋਂ ਹੀਟ ਦੇਣੀ ਉਹਨੂੰ ਬਹੁਤ ਜ਼ੋਰ ਨਾਲ ਲੱਗਾ ਜਦੋਂ ਆਈ ਰਾਜੂ ਦੀ ਵਾਰੀ ਰਾਜੂ ਨੇ ਜੀ ਹੱਥ ਮੋਹਰ ਨੂੰ ਕਰਤਾ ਕਹਿੰਦਾ ਨਾ 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 ਤੇਰੇ ਹੱਥਾਂ ਤੇ ਨਹੀਂ ਮਾਰਨੀ ਹਾਂ ਤੂੰ ਮੁੰਡਾ ਹੋ ਮੋਰਗਾ ਵਣ ਉਹਦੀ ਮੋਰਗਾ ਦੇ ਪਿੱਛੇ ਪਛਵਾੜੇ ਤੇ ਉਹਦੇ ਡੰਡਾ ਇੱਕ ਮਾਰਿਆ ਮੋਡੂ ਜਿਹੜਾ ਪਛਵਾੜੇ ਬੋਰ 2000 ਰਾਜੂ ਥੱਲੇ ਨੂੰ ਹੋ ਗਿਆ ਕਹਿੰਦਾ ਇਕੱਠਾ ਜਾ ਹੋ ਗਿਆ ਕਹਿੰਦਾ ਨਾ ਨਾ ਰਾਜੂ ਹਾਲੇ ਤਾਂ ਹੋਰ ਉੱਤੇ ਨੂੰ ਹੋ ਹਾਲੇ ਨੀਲ ਪਿਆ ਨਹੀਂ ਮੈਨੂੰ ਮਜ਼ਾ ਨਹੀਂ ਆਇਆ ਤੋਰਾ ਉਹ ਨਹੀਂ ਉਹ ਜੀ ਨੀਲ ਉਹ ਬੰਦੇ ਨੇ ਇਦਾਂ ਨੀਲ ਪਾਉਂਦੇ ਸੀ ਪੁਰਾਣੇ ਮਾਣੇ ਹਾਂ ਇਹ ਤਾਂ ਬਹੁਤ ਸੇਗਾ ਕੰਮ ਖਰਾਬੀ ਹੁੰਦਾ ਹੁੰਦਾ ਬੜਾ ਕੰਮ ਖਰਾਬ ਸੀ ਜੋ ਕੋਈ 나ੜ ਨੂੜ ਪੁੱਤ ਆਪਣੀਆਂ ਦਾ 나ੜਾ ਹੀ ਚੰਗੀਆਂ ਜੇ ਨਾਲੀਆਂ ਦੀਆਂ ਦਾ 나ੜਾ ਨੂੰ ਨਾ ਫੇਨ ਦੇਣੀਆਂ ਮਾ ਕਟ-ਕਟ ਕੇ ਜਿੰਨਾ ਕੋੜ ਦੇ ਇਹ ਰਵਾਜ ਸੀਗਾ ਨਾ ਉਹ ਇਹ ਸੀਗੀ ਗੱਲ ਵੀ ਜਾਣੀ ਕਿ ਕਹਿੰਦੇ ਹੁੰਦੇ ਸੀਗੇ ਮੁੰਡਾ ਤੇ ਰੰਬਾ ਇਹ ਚੰਡੇ ਹੋਈ ਠੀਕ ਰਹਿੰਦੇ ਆ ਹਾਂ ਪੁਰਾਣੀ ਗੱਲ ਸੀ ਨਾ ਸਾਡੇ ਪੰਜਾਬ ਚ ਇਸ ਕਰਕੇ ਪਿਆ ਨੇ ਵੀ ਮੁੰਡਿਆਂ ਨੂੰ ਕੁੱਟੀ ਜਾਣਾ ਮਾ ਮਾਂ ਨੇ ਵੀ ਕੁੱਟੀ ਜਾਣਾ ਦਾਦੀ ਨੇ ਵੀ ਕੁੱਟੀ ਜਾਣਾ ਟੀਚਰਾਂ ਨੇ ਵੀ ਕੁੱਟੀ ਜਾਣਾ ਉਹ ਗੱਲ ਇਹ ਹੈ

ਕੁੱਟਣ ਨਾਲ ਤਾਂ ਮੈਨੂੰ ਐਂ ਲੱਗਦਾ ਵੀ ਕੁੱਟਣ ਨਾਲ ਸਮਾਂ ਕਿ ਬੰਦੇ ਦੀ ਗ੍ਰੋਥ ਘਟਾਈ ਜਾ ਰਹੀ ਹੈ। ਬਹੁਤ ਘਟਦੀ ਸੀ ਗ੍ਰੋਥ। ਸਾਵੇਂ ਹੁਣ ਪਿਆਰ ਨਾਲ ਸਮਝਾਇਆ ਇੱਕ ਵਾਰੀ ਨਹੀਂ ਦੋ ਵਾਰੀ ਸਾਂ ਉਹ ਬੰਦੇ ਦੇ ਖਾਣੇ ਪੈਜੋ ਬਜੀ ਗੱਲ ਦਿਮਾਗ ਦੇ ਵੀ ਹਾਂ ਯਾਰ ਆ ਗੱਲ ਐਂ ਦਾ ਆ। ਹਾਂ ਨਹੀਂ ਜਰ ਅਸੀਂ ਹੁਣ ਜ਼ਿੰਦਗੀ ਚ ਉਹਨਾਂ ਟੀਚਰਾਂ ਦੀਆਂ ਗੱਲਾਂ ਨਹੀਂ ਕਰਦੇ ਜਿਹੜੇ ਕੁੱਟਦੇ ਸੀ ਉਹਨਾਂ ਦੀਆਂ ਗੱਲਾਂ ਕਰਦੇ ਹਾਂ ਜਿੱਦਾਂ ਮਾਸਟਰ ਰੂਪ ਸਿੰਘ ਹੁਣੀ ਗੁਰਬਖਸ਼ ਸਿੰਘ ਉਹਨਾਂ ਦੀਆਂ ਪਹਿਲਾਂ ਵੀ ਗੱਲਾਂ ਤੁਹਾਡੇ ਨਾਲ ਕੀਤੀਆਂ ਜਿਨ੍ਹਾਂ ਨੇ ਕੁੱਟਿਆ ਨਹੀਂ ਪਿਆਰ ਨਾਲ ਸਿਖਾਇਆ। ਹਾਂ ਇੱਕ ਨਾ ਇਕਾਂਗੀ ਹੁੰਦੀ ਸੀ ਜੀ ਜੀ ਦੂਜਾ ਵਿਆਹ ਹਾਂਜੀ ਹਾਂਜੀ ਮੈਨੂੰ ਯਾਦ ਹੈ ਜੀ ਉਹ ਨਾ ਕਮਲ ਹੋਣਾ ਦਾ ਰੂਪ ਸਿੰਘ ਹੋਣਾ ਨੇ ਪੀਰੀਅਡ ਲਾਏ ਆ ਅੱਛਾ ਜੀ ਤੇ ਉਹ ਕਹਿੰਦੇ ਜੀ ਕਹਿੰਦੇ ਦੂਜਾ ਵਿਆਹ ਕੱਲ ਨੂੰ ਪੜ ਕੇ ਆਇਓ ਤੇ ਕਮਲ ਹੋਣਾ ਦੇ ਨਾਲ ਇੱਕ ਮੁੰਡਾ ਹੁੰਦਾ ਸੀ ਹੋਰ ਹੁਣ ਉਹ ਟੀਚਰ ਆ ਆਪ ਵੀ ਹਾਂਜੀ ਉਹਨ ਪੜਿਆ ਹੈ ਨਾ ਉਹਦੀ ਵਾਰੀ ਆ ਗਈ ਕਹਿੰਦੇ ਚੱਲ ਬਈ 10 ਦੂਜਾ ਵਿਆਹ ਕੀ ਆ ਤੇ ਉਹਨ ਕਿਸੇ ਸੁਣਿਆ ਆ ਸੀਗਾ ਹਾਂਜੀ ਤੇ ਉਹਦੇ ਵਿੱਚ ਉਹ ਨੋ ਸਬਜੀ ਸੁਬਜੀ ਬਣਾ ਲਈ ਆ ਤੇ ਉਹ ਕਰਨ ਲੱਪਿਆ ਕਹਿੰਦਾ ਜੀ ਇਹਦੇ ਵਿੱਚ ਉਹ ਕੁੜੀ ਸਾਗ ਬਣਾਉਣ ਲੱਗ ਪਈ ਉਹਨ ਐਦਾਂ ਕੀਤਾ ਪਤਾ ਨਹੀਂ ਕਿਹੜੀਆਂ ਗੱਲਾਂ ਵਿੱਚ ਉਹਨੇ ਲੂਣ ਪਾ ਤਾਂ ਉਹ ਆਪਣੀਆਂ ਹੀ ਗੱਲਾਂ ਕੋਈ ਕਰਦਾ ਉਹਨੇ ਆਪਣੇ ਵੱਲੋਂ ਬਣਾ ਲਈ ਸਟੋਰੀ ਆਪਣੇ ਵੱਲੋਂ ਬਣਾ ਲਈ ਫੇਰ ਵੀ ਰੂਪ ਸਿੰਘ ਜੀ ਉਹਨਾਂ ਨੇ ਕੁਝ ਕਿਹਾ ਨਹੀਂ ਉਹਨੂੰ ਪਤਾ ਕੀ ਕਹਿੰਦੇ ਕਹਿੰਦੇ ਹਾਲੇ ਗੋਭੀ ਦਾ ਜ਼ਿਕਰ ਤਾਂ ਇਹਦੇ ਵਿੱਚ ਆਇਆ ਸਾਗ ਦਾ ਜ਼ਿਕਰ ਨਹੀਂ ਆਇਆ ਪਿਆਰ ਨਾਲ ਸ਼ਰਮਿੰਦਾ ਕਰ ਦਿੱਤਾ ਉਹਨਾਂ ਨੇ ਸਕੀਮ ਨਾਲ ਆ ਜੀ ਹਾਂ ਜੀ ਹਾਂ ਜੀ ਤਰੀਕਾ ਹੀ ਹੁੰਦਾ ਜੀ ਇੱਕ ਸਾਨੂੰ ਨਾ ਸਾਡੇ ਪਾਪਾ ਜੀ ਨੇ ਗੱਲ ਦੱਸੀ ਕਹਿੰਦੇ ਅਸੀਂ ਸਾਰੀ ਕਲਾਸ ਚੁੱਪਚਾਪ ਅੰਗਰੇਜ਼ੀ ਦੇ ਪੀਰੀਅਡ ਚ ਕਹਿੰਦੇ ਕਿਤੇ ਪੜ੍ਹੀਏ ਤੇ ਕਹਿੰਦੇ ਇੱਕ ਮੁੰਡਾ ਵਿੱਚੋਂ ਬੋਲਿਆ ਟੀਚਰ ਨੂੰ ਕਹਿੰਦਾ ਕਹਿੰਦਾ ਮਾਸਟਰ ਜੀ ਗਿਰਲਮੈਨੇ ਕੀ ਹੁੰਦਾ ਹਾਂ ਜੀ ਕਹਿੰਦੇ ਟੀਚਰ ਅਖਬਾਰ ਪੜ੍ਹਦਾ ਸੀ ਉਹਨ ਉੱਪਰ ਨੂੰ ਮੂੰਹ ਵੀ ਨਹੀਂ ਚੱਕਿਆ ਕਹਿੰਦਾ ਗਿਰਲਮੈਨੇ ਲੜਕੀ ਦੇ ਸਮਝਿਆ ਪਰ ਸ਼ਰਮ ਵੀ ਹੋਤੇ ਕੰਮ ਕਰਦੀ ਆ ਜਿਹਦਾ ਅੰਦਰ ਠੀਕ ਹੋਵੇ ਕੰਨਾਂ ਨੂੰ ਸ਼ਰਮਿੰਦਗੀ ਦਾ ਕੋਈ ਫਰਕ ਨਹੀਂ ਭਈ ਬੰਦਿਆਂ ਦਾ ਪਿੰਡਾਂ 'ਚ ਉਹਨਾਂ ਨੂੰ ਪਤਾ ਵੀ ਹੁੰਦਾ ਸੀ ਮੈਂ ਜਿੱਤਣਾ ਨਹੀਂ ਪਰ ਉਹਨੇ ਹਰੇਕ ਸਾਲ ਪੰਜਾਂ ਸਾਲੀ ਡੱਬਾ ਆਪਣਾ ਜ਼ਰੂਰ ਰੱਖਣਾ ਲੈ ਇਹ ਕੀ ਸਾਡੇ ਪਿੰਡ ਛਿੰਝ ਹੁੰਦੀ ਹੁੰਦੀ ਸੀ ਅੱਛਾ ਜੀ ਇੱਕ ਦੋ ਸਾਡੇ ਪਿੰਡ ਦੇ ਬੰਦੇ ਇਦਾਂ ਦੇ ਹੁੰਦੇ ਸੀ ਨਾ ਉਹ ਪਲਵਾਨ ਹੁੰਦੇ ਸੀਗੇ ਨਾ ਉਹਨਾਂ ਦਾ ਕੋਈ ਪਲਵਾਨੀ ਨਾ ਕੋਈ ਤੁਹੱਲਕ ਸੀਗਾ ਪਰ ਉਹਨਾਂ ਨੇ ਘੋਲਣਾ ਹੀ ਘੋਲਣਾ ਉਦੋਂ ਤੇ ਜਾਣਦੇ ਹੀ ਤਾਂ ਜਾਣਾ ਫਿਰ ਐਦਾਂ ਇੱਕ ਸਾਡਾ ਮਿੱਤਰ ਹੈ ਜੀ ਬਿੱਟਾ ਉਹ ਹੁਣ ਇੱਥੇ ਅਮਰੀਕਾ ਹੀ ਰਹਿੰਦਾ ਹਾਂ ਉਹਦਾ ਹੈਗਾ ਸਟੂਡੀਓ ਫਰੈਂਡ ਸਟੂਡੀਓ ਸੀ ਉਹਦਾ ਅਪਰੇ ਮੇਰਾ ਬਹੁਤ ਸਾਡਾ ਬਹੁ ਮਿੱਤਰ ਸੀ ਉਹ ਨਾਲ ਦੇ ਪਿੰਡ ਛਿੰਝ ਪੈਂਦੀ ਸੀ ਮੰਡੀ ਤੇ ਉਹ ਚਲ ਗਿਆ ਇੱਕ ਉਹਦੇ ਨਾਲ ਹੋਰ ਹੁੰਦਾ ਉਹਦਾ ਮੈਨੂੰ ਨਾਮ ਭੋਲਾ ਕੀ ਸੀ ਉਹ ਕਹਿੰਦਾ ਯਾਰ ਵੀ ਕੰਮਕਾਰ ਸਾਲਾ ਘੱਟ ਚੱਲਦਾ ਵੀ ਵੀ 1000 ਰੁਪਏ ਦਿੰਦੇ ਹਰੇਕ ਪਲਵਾਨ ਨੂੰ ਘੋੜਨ ਵਾਲੇ ਨੂੰ ਅੱਛਾ ਅੱਛਾ ਆਹੋ ਆਮ ਘੋੜ ਲੈਣੇ ਉੱਥੇ ਕੀ ਹਾਂ 1000 ਰੁਪਏ ਬਣ ਜਾਣਾ ਉਹ ਕਹਿੰਦਾ ਠੀਕ ਆ ਉਹ ਜੇ ਘੋੜਨ ਦਾ ਪੇਜਰੋ ਬਿੱਟੇ ਦੀ ਪਲਵਾਨ ਹੁਣ ਮੋਰੇ ਅਸਲੀ ਪਲਵਾਨਾਂ ਹੀ ਪੈਣੀ ਸੀ ਟਾਈ ਤਾਂ ਆਹੋ ਬਿੱਟੇ ਦੀ ਪੈ ਗਈ ਬਿੱਟੇ ਨੇ ਜਾਂਦੇ ਜਿਰੋ ਮਿੱਟੀ ਜਲੇ ਉਹਦੇ ਕੰਨ ਚ ਕ ਪਹਿਲਵਾਨ ਪਲਵੋਨੀ ਹੈਗਾ ਵੀ ਮੈਂ ਤਾਂ 1000 ਰੁਪਏ 1000 ਰੁਪਏ ਕਰਕੇ ਘੋੜਨ ਲੱਗਾ ਹੂੰ ਉਹ ਪਹਿਲਵਾਨ ਨੂੰ ਚੜ ਗਿਆ ਗੁੱਸਾ ਕਹਿੰਦਾ ਤੂੰ ਸਾਲਿਆ ਪਲਵਾਨੀ ਨੂੰ ਇੰਨਾ ਸਸਤਾ ਸਮਝਦਾ ਪਲਵਾਨੀ ਕਿਤੇ ਐਵੇਂ ਆ ਜਾਂਦੀ ਹੈ ਮਿਲ ਜਾਂਦੀ ਹੈ ਹੈ ਉਹਨੇ ਜੀ ਕੰਨ ਮਲੀ ਉਹ ਕਹਿੰਦਾ ਪਹਿਲਵਾਨ ਜੀ ਮੈਨੂੰ ਢਾ ਲਓ ਕਹਿੰਦਾ ਨਹੀਂ ਮੈਂ ਤੈਨੂੰ ਢਾਣਾ ਢਾਣਾ ਨਹੀਂ ਤੇ ਨਵੇਂ ਦਸਲਾ ਵੀ ਪਲਵਾਨੀ ਹੁੰਦੀ ਗਈ ਆ ਕਹਿੰਦਾ ਮੈਂ ਘੁੰਮ ਕੇ ਆਪ ਆਪਣੇ ਮੋਢੇ ਲਾਉਣ ਨੂੰ ਫੇਰਾ ਕਹਿੰਦਾ ਭਲਵਾਨ ਮੈਂ ਕਿਹੜਾ ਭਲਾ ਕਹਿੰਦਾ ਫੜ ਕੇ ਮੈਨੂੰ ਫੇਸਦਾ ਕਰ ਲਿਆ ਓਏ ਖੜ ਜਾ ਤੂੰ ਬਣਾਉਣਾ ਮੈਂ ਬੰਦਾ ਉਹੀ ਗੱਲ ਹੋ ਗਈ ਨਾ ਸਾਡੇ ਹੁਣ ਸੰਗੀਤ ਦੇ ਵਿੱਚ ਵੀ ਕਈ ਬੰਦੇ ਉਦਾਂ ਹੀ ਕਹਿੰਦੇ ਰਹਿੰਦੇ ਆ ਕਹਿੰਦੇ ਜਾ ਰੋ ਮੈਂ ਤੁਹਾਨੂੰ ਗਾਣਾ ਗੁਣਾ ਤਾਂ ਆਦਾ ਨਹੀਂ ਹਾਂ ਹਾਂਜੀ ਪਰ ਜੀ ਅਸੀਂ ਤਾਂ ਉਦਾਂ ਹੀ ਫੇਰ ਉਹ ਬੰਦਾ ਕਹਿੰਦਾ ਜਾ ਰੇ ਦੱਸੋ ਹਨਾ ਹਾਂ ਨਾ ਗਾਓ ਕੰਮ ਤਾਂ ਸੀਰੀਅਸ ਸੀ ਗੀਤ ਜਦਾਂ ਉਹ ਤਾਂ ਹੀ ਰਿਸਪੈਕਟ ਸੀਗੀ ਅੱਗੇ ਰਿਸ਼ੀ मुਨੀਆਂ ਦਾ ਕੰਮ ਜਿਹੜੇ ਅੱਗੇ ਪੁਰਾਣੇ ਸੰਗੀਤਕਾਰ ਸੀਗੇ ਭਾਰਤ ਵਰਗੇ ਉਹਨਾਂ ਨੂੰ ਲੋਕ ਭਾਰਤ ਰਿਸ਼ੀ ਕਹਿੰਦੇ ਆ ਹਾਂ ਬਿਲਕੁਲ ਜੀ ਭਾਰਤ मुਨੀ ਇਹ ਆਪਣੇ ਸੰਗੀਤ ਵਿੱਚ ਖਲਬਲੀ ਬਹੁਤ ਮਜੀਆ ਕਿਉਂਕਿ ਅੱਗੇ ਤੁਸੀਂ ਦੇਖੋ ਜੀ ਮੈਂ ਮਨਮੋਹਣ ਭਾਜੀ ਨੂੰ ਮਨ ਲੈ ਤੁਸੀਂ ਜਿੰਨਾ ਤੁਸੀਂ ਸੋਚੋਗੇ ਉਤੋਂ ਵੀ ਵੱਧ ਮੈਂ ਮਨਮੋਹਣ ਭਾਜੀ ਨੂੰ ਸੁਣਿਆ ਤੇ ਉਹਨਾਂ ਦੇ ਗਾਣੇ ਗੱਡੀ 'ਚ ਨਾਲ ਗਾਉਂਦਾ ਰਿਹਾ ਕਿਉਂਕਿ ਮੈਨੂੰ ਅਸੀਂ ਉਹ ਭਾਜੀ ਦੀ ਵੋਕਲ ਟੋਨ ਜਿਹੜੀ ਹੱਦ ਤੱਕ ਕਿਸੇ ਤੋਂ ਕਾਪੀ ਨਹੀਂ ਹੋਈ ਉਹ ਟੋਨ ਭਾਜੀ ਵਰਗੀ ਹੋਣੀ ਚਾਹੀਦੀ ਬਕਰੀ ਜਿਹੜੀ ਕਾਪੀ ਨਾ ਹੋ ਸਕੇ ਹਾਂ ਹਾਂ ਅਸੀਂ ਵੀ ਹੁਣ ਜਦੋਂ ਅਸੀਂ ਗਾਉਣਾ ਸ਼ੁਰੂ ਕੀਤਾ ਸੀ ਸੋਦ ਯਾਰ ਕੰਪੋਜੀਸ਼ਨ ਤੇ ਪੂਰਾ ਸਾਡਾ ਪਕੜ ਹੋਣੀ ਚਾਹੀਦੀ ਹੈ ਕੰਪੋਜੀਸ਼ਨ ਚੰਗੀ ਆ ਤੇ ਗਾਣਿਆਂ ਦਾ ਰਾਈਟਮ ਗ੍ਰਾਈਟਿੰਗ ਚੰਗੀ ਆ ਗਾਣੇ ਨੂੰ ਕੋਈ ਨਹੀਂ ਦੁਨੀਆ ਦਾ ਬੰਦਾ ਰੋਕ ਸਕਦਾ ਚੱਲਣ ਤੋਂ ਰੋਕ ਨਹੀਂ ਸਕਦਾ ਬੜਾ ਧਿਆਨ ਦਿੰਦੇ ਹੁੰਦੇ ਸੀ ਹਮਮ ਅੱਜ ਕੱਲ ਜ਼ਮਾਨਾ ਐਦਾਂ ਚੱਲ ਗਿਆ ਵੀ ਅਗਲਾ ਕਹਿੰਦਾ ਯਾਰ ਕੰਪੋਜੀਸ਼ਨ ਦਾ ਕੋਈ ਗੱਲ ਨਹੀਂ ਵੀ ਪਹਿਲਾਂ ਕੋਈ ਕੰਟਰੋਵਰਸੀ ਤੇ ਧਿਆਨ ਦੋ ਵੀ ਕਿਹੜੀ ਹੋਊਗੀ ਗਾਣਾ ਆਉਣ ਤੋਂ ਪਹਿਲਾਂ ਉਹ ਗੱਲ ਹੈ ਨਾ ਇੱਕ ਇਥੇ ਮਾਰਕਟ ਵੈਨ ਨਹੀਂ ਹੋਇਆ ਬੰਦਾ ਰਾਈਟਰ ਹਾਂਜੀ ਜਿਹਨੇ ਟਾਮ ਸੋਇਰ ਵਗੈਰਾ ਬਹੁਤ ਬਹੁਤ ਮਸ਼ਹੂਰ ਬੰਦਾ ਹੋਇਆ ਤੇ ਉਹ ਬਹੁਤ ਨਾ ਉਹਨੂੰ ਗੱਲਾਂ ਵੀ ਬਹੁਤ ਆਉਂਦੀਆਂ ਸੀ ਉਹ ਸ਼ੁਗਲੀ ਵੀ ਬਹੁਤ ਹੁੰਦਾ ਸੀ ਹਾਂਜੀ ਤੇ ਉਹਦੀਆਂ ਕਈ ਗੱਲਾਂ ਆ ਜਿਹੜੀਆਂ ਉਹਨੂੰ ਉਦੋਂ ਤੁਰੇ ਜਾਂਦੇ ਕੰਝਾਂ ਆ ਤੇ ਪਰ ਪਰ ਬੜੀਆਂ ਮਹਾਨ ਗੱਲਾਂ ਉਹਦੀ ਇੱਕ ਗੱਲ ਆ ਉਹ ਕਹਿੰਦਾ ਜਿੰਨੇ ਚਿਰ ਚ ਸੱਚ ਆਪਣੇ ਤਸਮੇ ਬੰਦ ਆ ਨਾ ਹਾਂਜੀ ਉਨੇ ਚਿਰ ਚ ਝੂਠ ਸਾਰੀ ਦੁਨੀਆ ਦਾ ਚੱਕਰ ਲਾ ਲੈਂਦਾ ਇਹ ਸੇ ਤਰੀਕੇ ਨਾਲ ਜਿਹੜੀ ਕੰਟਰੋਵਰਸੀ ਆ ਜਾਂ ਕੋਈ ਗਲਤ ਗੱਲ ਆ ਜਾਂ ਕੋਈ ਪੁੱਠੀ ਗੱਲ ਆ ਉਹ ਫੈਲਦੀ ਬਹੁਤ ਛੇਤੀ ਆ ਬਹੁਤ ਜਲਦੀ ਉਹ ਨਾ ਹੁਣ ਪੋਲਿਟਿਸ਼ੀਅਨਾਂ ਨੂੰ ਵੀ ਪਤਾ ਲੱਗ ਗਿਆ ਅੱਗੇ ਉਹ ਪਾਲਿਸੀਆਂ ਨਾ ਜਿੱਤਦੇ ਹੁੰਦੇ ਸੀਗੇ ਹੁਣ ਉਹ ਕੰਟਰੋਵਰਸੀਆਂ ਨਾ ਜਿੱਤਣ ਲੱਗ ਪਏ ਉਹਦੇ ਨਾਲ ਉਹਨਾਂ ਦੇ ਲੋਕ ਮਗਰ ਜਾਦੇ ਲੱਗਦੇ ਆ ਤੇ ਉਹ ਲੋਕਾਂ ਦਾ ਸਮਾ ਭਲਾ ਉਹ ਕਹਿੰਦੇ ਸਾਨੂੰ ਲੋੜੇ ਨਹੀਂ ਭਲੇ ਦੀ ਤਾਂ ਗੱਲਾਂ ਹੀ ਨਾ ਕਰੋ ਪੰਗੇ ਦੀ ਗੱਲ ਕਰੋ ਹਾਂ ਬਿਲਕੁਲ ਅਗਲਾ ਕਹਿੰਦਾ ਹਵੇ ਐਸੀ ਜਿਹੜੀ ਚੀਜ਼ ਆ ਅਗਲਾ ਕਹਿੰਦਾ ਮੈਨੂੰ ਫਾਇਦਾ ਦੋ ਉਹ ਕਰੋ ਆਪਾਂ ਚੰਗੇ ਕੰਮ ਤੋਂ ਕੀ ਲੈਣਾ ਹਾਂ ਹਾਂ ਕਈ ਵਾਰੀ ਆੜੇ ਮੁੰਡੇ ਆਰਟਿਸਟ ਨਵੇਂ ਹੁੰਦੇ ਆ ਮੈਂ ਜੋ ਬਹਾਲੀ ਹੁਣਾਂ ਤਾਂ ਮੈਂ ਫੇ ਮਿਲਦੇ ਰਹਿੰਦੇ ਸਾਰੇ ਨੰਬਰ ਪਿਆਰ ਸਿੱਖਣ ਨੂੰ ਬਹੁਤ ਕੁਝ ਮਿਲਦਾ ਨਵੇਂ ਮੁੰਡਿਆਂ ਤੋਂ ਵੀ ਜੀ ਮੈਂ ਉਹਨਾਂ ਨੇ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਬਈ ਯਾਰ ਕੰਟਰੋਵਰਸੀ ਨਾ ਨਾ ਇੱਕ ਦੂਜੇ ਨੂੰ ਆਰਟਿਸਟ ਨੂੰ ਆਰਟਿਸਟ ਨਾ ਮਾੜਾ ਬੋਲਿਆ ਕਰੋ ਉਹਦੇ ਨਾਲ ਕਾਰਨ ਇਹ ਆ ਵੀ ਆਪਣੀ ਰਿਸਪੈਕਟ ਜਿਹੜੀ ਹੈ ਲੋਕਾਂ ਦੇ ਜਿਹੜੀ ਗੱਲ ਜਾਂਦੀ ਉਹਨਾਂ ਘਟ ਰਹੀ ਹੈ ਜੇਗਾ ਆਪਾਂ ਗਲਤ ਗੱਲ ਕਰਦੇ ਹਾਂ ਇੱਕ ਦੂਜੇ ਦੇ ਖਿਲਾਫ ਬਿਲਕੁਲ ਬਿਲਕੁਲ ਮੈਂ ਕਹਾਂ ਲੋਕਾਂ ਦਾ ਯਾਰ ਇਹ ਇਦਾਂ ਦੇ ਹੀ ਹੋਣੇ ਆ ਸਾਰੇ ਸਾਰੇ ਇਦਾਂ ਦੇ ਹੋਣੇ ਆ ਮੈਂ ਕਹਾਂ ਉਹਦੇ ਨਾਲ ਚੰਗਿਆਂ ਨੂੰ ਵੀ ਰਗੜਾ ਲੱਗ ਜਾਂਦਾ ਜਦੋਂ ਤੁਸੀਂ ਕੋਈ ਗਲਤ ਗੱਲ ਦੇ ਵਿੱਚ ਹਿੱਸਾ ਲਓਗੇ ਉਹਦੇ ਨਾਲ ਤੁਹਾਡੀ ਆਪਣੀ ਸ਼ਾਂਤੀ ਭੰਗ ਹੋ ਜਾਂਦੀ ਆ ਆਪਣਾ ਜੀਵਨ ਤੁਹਾਡਾ ਉਥਲ ਪੁਥਲ ਹੋ ਜਾਂਦਾ ਉਹਦਾ ਫਾਇਦਾ ਕੀ ਨਿਕਲਣਾ ਕੋਈ ਵੀ ਨਹੀਂ ਬਿਲਕੁਲ ਸਹੀ ਗੱਲ ਹੈ ਤੇ ਚਲੋ ਠੀਕ ਆ ਮਹਾਰਾਜ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੰਕਤਾਰ ਭਾਜੀ ਤੇ ਗੱਲਬਾਤ ਕਰਦੇ ਰਿਹਾ ਕਰੋ ਜੀ ਬਹੁਤ ਚੀਜ਼ਾਂ ਤੁਸੀਂ ਮੇਰਾ ਦਿਮਾਗ ਬਹੁਤ ਸ਼ਾਰਪ ਕੀਤਾ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਯਾਦ ਕਰਾਤੀਆਂ ਪੁਰਾਣੀਆਂ ਸੋ ਇਹ ਨਾ ਗੀਤੇ ਜਿਹੜਾ ਇਹ ਹੈਗੀ ਆ ਪੋਡਕਾਸਟ ਇਹਦਾ ਮਤਲਬ ਹੀ ਇਹ ਆ ਕਿ ਜੇ ਅਸੀਂ ਇਦਾਂ ਖੁੱਲੀਆਂ ਗੱਲਾਂ ਜਿੱਦਾਂ ਆਮ ਕਰਦੇ ਉਦਾਂ ਕਰੀਏ ਤਾਂ ਸਾਡੇ ਸੁਣਨ ਵਾਲਿਆਂ ਦੇ ਮਨ ਵਿੱਚ ਵੀ ਉਹ ਪੁਰਾਣੀਆਂ ਰੀਲਾਂ ਚੱਲਣ ਨਾ ਹਾਂ ਜੀ ਆਪਾ ਪੰਜਾਬ ਦਾ ਘੇੜਾ ਲਵਾਤਾ ਸੌਣ ਵਾਲਿਆਂ ਨੂੰ ਸਕੂਲਾਂ ਵੀ ਘੁਮਾਉਂਦੇ ਉਹਨਾਂ ਨੂੰ ਸਾਰਾ ਕੁਝ ਪਹਿਲਵਾਨੀ ਵੀ ਦਿਖਾ ਲਤੀ ਸਾਈਕਲ ਵੀ ਖਸਣਾ ਦਿਖਾ ਲਤਾ ਹਾਂ ਜੀ ਹਾਂ ਜੀ ਹਾਂ ਜੀ ਦਿਖਾ ਦਿੱਤਾ ਜੀ ਦਿਖਾ ਦਿੱਤਾ ਬਾਕੀ ਕਮੈਂਟਾਂ ਤੋਂ ਪਤਾ ਲੱਗੂ ਜੀ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਜੇ ਤੁਸੀਂ ਪੰਜਾਬੀ ਪੌਡਕਾਸਟ ਨੂੰ YouTube ਉੱਤੇ ਸੁਣਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਐਪੀਸੋਡਸ ਨੂੰ ਲਾਈਕ ਜ਼ਰੂਰ ਕਰੋ ਜੇ ਆਈਫੋਨ ਉੱਤੇ ਸੁਣਦੇ ਹੋ ਤਾਂ ਐਪਲ ਪੌਡਕਾਸਟ ਦੇ ਵਿੱਚ ਜਾ ਕੇ ਤੇ ਜੇ ਐਂਡਰੋਇਡ ਫੋਨ ਤੇ ਸੁਣਦੇ ਹੋ ਤਾਂ Google ਪੌਡਕਾਸਟ ਦੇ ਵਿੱਚ ਜਾ ਕੇ ਵੀ ਤੁਸੀਂ ਇਹਨੂੰ ਫਾਲੋ ਕਰ ਸਕਦੇ ਹੋ ਜੇ ਸਪੋਟੀਫਾਈ ਤੇ ਸੁਣਦੇ ਹੋ ਤਾਂ ਸਪੋਟੀਫਾਈ ਉੱਤੇ ਵੀ ਪੰਜਾਬੀ ਪੋਡਕਾਸਟ ਨੂੰ ਫੋਲੋ ਕੀਤਾ ਜਾ ਸਕਦਾ ਇਸੇ ਤਰੀਕੇ ਨਾਲ ਸਾਨੂੰ ਸਹਿਯੋਗ ਦਿੰਦੇ ਰਹੋ ਹੱਲਾਸ਼ੇਰੀ ਦਿੰਦੇ ਰਹੋ ਤਾਂ ਕਿ ਸਾਡੇ ਹੌਂਸਲੇ ਬੁਲੰਦ ਰਹਿਣ ਅਸੀਂ ਹਰ ਹਫ਼ਤੇ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਗਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ